ओंकार सतनाम कर्ता पुरुख निरपो निरवैर अकाल मूरत अजूनी सैभं गुर प्रसाद। परम सत्कार जो गुरु प्यारी साध संगत जीओ, बहुत ही वड्डे भाग ने गुरसिखां दे प्रभु दे प्यारियां दे जो अमृत वेले संगत टैलीविजन दे माध्यम द्वारा आप जुड़ बैठे हो रब्बी बाणी दा ज्ञान प्राप्त करन वास्ते। सो सतसंगी जनों, समा है पावन पवित्र हुक्मनामे दी विचार दा, जो कि सचखंड श्री दरबार साहब श्री अमृतसर साहब तो पातशाह ने बख्शिश कीता है। अमृत वेला सच नाम वढाई विचार, अमृत वेले जितनिया भी संगतां जुड़िया ने सतगुरु पातशाह सभना दा भला करन, सब नू चढ़दी कला ते खुशियां बख्शे करन। सो आओ सतसंगी जनों, सतगुरु पातशाह दा पावन पवित्र हुक्मनामा सरवण करिए, फिर सतगुरु पातशाह दी बख्शी हुई समत दे अनुसार विचार करांगे कि अज दे पावन पवित्र हुक्मनामे विच सतगुरु पातशाह सानू की ज्ञान दे रहे ने। आओ बड़े प्यार दे नाल सरवण करिए जी पावन पवित्र हुक्मनामा। सतनाम श्री वाहे गुरु जीओ, तनासरी महला पहला, सहज मिले मिलिया परवान, ना तिसमरण ना आवण जान। ठाकुर मैं दास दास मैं सोए, जै देखां तह अबर न कोए। गुरमुख भगत सहज कर पाइए, बिन गुर पेटे मर आइए जाइए रहा। सो गुर करो जे साच दृढ़ावे, अकथ कथावे शब्द मिलावे। हर के लोग अवर नहीं कारा, साचो ठाकुर साच प्यारा। तन मैं मनुआ मन मैं साचा, सो साचा मिल साचे राचा। सेवक प्रभु कै लागे पाए, सतगुर पूरा मिले मिलाए। आपो दिखावे आपे देखे, हठ न पतीजे
ਨਾ ਬਹੁ ਭੇਖੈ ਕਰ ਪਾਂਡੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤਿਆਇਆ ਪੜ ਪੜ ਭੂਲੇ ਚੋਟਾਂ ਖਾਹੇ ਬਹੁਤ ਸਿਆਣਪ ਆਵਹਿ ਜਾਏ ਨਾਮ ਜਪੇ ਪਉ ਭੋਜਨ ਖਾਏ ਗੁਰਮੁਖ ਸੇਵਕ ਰਹੇ ਸਮਾਏ ਪੂਜ ਸਿਲਾ ਤੀਰਥ ਬਨਵਾਸਾ ਪਰਮਤ ਡੋਲਤ ਪਏ ਉਦਾਸਾ ਮਨ ਮੈਲੈ ਸੁਚਾ ਕਿਉਂ ਹੋਏ ਸਾਚ ਮਿਲੈ ਪਾਵੈ ਪਤ ਸੋਏ ਅਚਾਰਾ ਵਿਚਾਰ ਸਰੀਰ ਆਦ ਜੁਗਾਦ ਸਹਿਜ ਮਨ ਧੀਰ ਪਲ ਪੰਕਜ ਮੈਂ ਕੋਟ ਉਧਾਰੇ ਕਰ ਕਿਰਪਾ ਗੁਰਮੇਲ ਪਿਆਰੇ ਕਿਸ ਆਗੈ ਪ੍ਰਭ ਤੁਧ ਸਲਾਹੀ ਤੁਧ ਬਿਨ ਦੂਜਾ ਮੈਂ ਕੋ ਨਾਹੀ ਜਿਉਂ ਤੁਧ ਪਾਵੈ ਤਿਉਂ ਰਾਖ ਰਜਾਏ ਨਾਨਕ ਸਹਿਜ ਪਾਏ ਗੁਣ ਗਾਏ ਜਿਉਂ ਤੁਧ ਪਾਵੈ ਤਿਉਂ ਰਾਖ ਰਜਾਏ ਨਾਨਕ ਸਹਿਜ ਪਾਏ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਸਤਸੰਗੀ ਜਨੋ, ਆਪ ਜੀ ਨੇ ਧੰਨ ਧੰਨ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਉਚਾਰਨ ਕੀਤੇ ਹੋਏ ਮਹਾਨ ਪਾਵਨ ਪਵਿੱਤਰ ਬਚਨ ਸਰਵਨ ਕੀਤੇ ਨੇ ਔਰ ਇਹ ਮਹਾਨ ਗੁਰਬਾਣੀ ਹੁਕਮਨਾਮਾ ਜੁਗੋ ਜੁਗ ਅਟਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਅੰਗ 686 'ਤੇ ਸ਼ੋਭਿਤ ਹੈ। ਤਨਾਸਰੀ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਪਾਤਸ਼ਾਹ ਇੱਕ ਐਸੀ ਅਵਸਥਾ ਦੀ ਪ੍ਰਾਪਤੀ ਵਾਸਤੇ ਸਾਨੂੰ ਗਿਆਨ ਦੇ ਰਹੇ ਨੇ। ਇਹ ਸਭ ਤੋਂ ਉੱਚੀ ਅਵਸਥਾ ਦੀ ਗੱਲ ਹੈ, ਪਰ ਇਹ ਸਮਝਣਗੇ ਉਹੀ ਜਿਹੜੇ ਆਪਣੇ ਆਪ ਗੁਰਬਾਣੀ ਦੇ ਦੁਆਰਾ ਉਸ ਅਵਸਥਾ ਨੂੰ ਪ੍ਰਾਪਤ ਕਰਨ ਵਾਸਤੇ ਤੁਰੇ ਹੋਏ ਨੇ। ਸਤਸੰਗੀ ਜਨੋ, ਗੁਰਬਾਣੀ ਦਾ ਜੋ ਗਿਆਨ ਹੈ, ਜੋ ਰਸ ਹੈ, ਧੰਨ ਗੁਰੂ ਨਾਨਕ ਪਾਤਸ਼ਾਹ ਚਾਹੁੰਦੇ ਨੇ ਕਿ ਸਾਰੀ ਲੁਕਾਈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਮਿਸ਼ਨ ਹੀ ਇਹ ਸੀ, ਸੋਧਣ ਚੜ੍ਹਿਆ ਧਰਤ ਲੁਕਾਈ, ਕਿ ਸਾਰੀ ਦੁਨੀਆ ਨੂੰ ਇਹ ਸੱਚ ਦਾ ਉਪਦੇਸ਼ ਦਿੱਤਾ ਜਾਏ। ਪਰ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਅੱਜ ਦੁਨੀਆ ਨੇ ਕਿਤਨਾ ਕੁ ਮੰਨਿਆ ਹੈ ਸਤਿਗੁਰੂ ਦੇ ਬਚਨਾਂ ਨੂੰ, ਉਹ ਸਤਿਗੁਰੂ ਪਾਤਸ਼ਾਹ ਨੇ ਬੜੇ ਪਿਆਰ ਦੇ ਨਾਲ ਸਾਨੂੰ ਸਮਝਾ ਦਿੱਤਾ। ਸੋ ਗੁਰੂ ਪਿਆਰਿਓ, ਆਓ, ਜੇਕਰ ਚਾਹੁੰਦੇ ਹੋ ਕਿ ਸਾਨੂੰ ਵੀ ਉਹ ਪਰਮ ਅਵਸਥਾ, ਜਿਸ ਸਹਿਜ ਅਵਸਥਾ ਦੀ ਗੁਰੂ ਨਾਨਕ ਪਾਤਸ਼ਾਹ ਅੱਜ ਗੱਲ ਕਰ ਰਹੇ ਨੇ,
ਉਸ ਸਹਿਜ ਅਵਸਥਾ ਤੱਕ ਆਪਾਂ ਕਿਵੇਂ ਪਹੁੰਚ ਸਕਦੇ ਹਾਂ। ਗੁਰੂ ਪਾਤਸ਼ਾਹ ਕਿਰਪਾ ਕਰਨ, ਧੰਨ ਗੁਰੂ ਨਾਨਕ ਪਾਤਸ਼ਾਹ ਸਾਰਿਆਂ 'ਤੇ ਮਿਹਰਮਤ ਕਰ ਰਹੇ ਨੇ, ਪਰ ਸਤਿਗੁਰੂ ਪਾਤਸ਼ਾਹ ਦੇ ਇਹਨਾਂ ਬਚਨਾਂ ਨੂੰ ਮੰਨਣਾ ਕਿਵੇਂ। ਸਤਿਸੰਗੀ ਜਨੋਂ, ਸੁਣਦੇ ਅਸੀਂ ਬਹੁਤਾਤ ਵਿੱਚ ਹੈ ਪਰ ਮੰਨਦੇ ਅਸੀਂ ਘੱਟ ਹੀ ਹੈ, ਪਰ ਇੱਥੋਂ ਕੁਝ ਪ੍ਰਾਪਤੀ ਹੋਵੇਗੀ ਮੰਨਣ ਵਾਲਿਆਂ ਨੂੰ। ਜੋ ਮੰਨ ਕੇ ਚੱਲਦੇ ਨੇ, ਫਿਰ ਉੱਦਮ ਕਰਦੇ ਨੇ, ਫਿਰ ਸਤਿਗੁਰੂ ਦੇ ਬਚਨਾਂ ਨੂੰ ਕਮਾਉਂਦੇ ਨੇ, ਆਖਿਰਕਾਰ ਉਹਨਾਂ ਦੇ ਜੀਵਨ ਦੇ ਵਿੱਚ ਖੁਸ਼ੀਆਂ ਆਉਂਦੀਆਂ ਨੇ, ਉਹਨਾਂ ਦੇ ਜੀਵਨ ਵਿੱਚ ਬਦਲਾਓ ਆਉਂਦਾ ਏ, ਉਹ ਦੁੱਖਾਂ ਕਲੇਸ਼ਾਂ ਤੋਂ ਉੱਪਰ ਉੱਠ ਜਾਂਦੇ ਨੇ। ਸੋ ਸਤਿਸੰਗੀ ਜਨੋਂ, ਹੋਰ ਸਤਿਗੁਰੂ ਪਾਤਸ਼ਾਹ ਇਸ ਤੋਂ ਵੱਧ ਬਖਸ਼ਿਸ਼ ਕੀ ਕਰ ਸਕਣ। ਸਤਿਗੁਰੂ ਪਾਤਸ਼ਾਹ ਨੇ ਤਾਂ ਗੁਰਬਾਣੀ ਦੁਆਰਾ ਸਮਝਾ ਦੇਣਾ ਕਿ ਇਹ ਬੰਦੇ ਤੈਨੂੰ ਜੀਵਨ ਮਿਲਿਆ ਏ, ਸਹਿਜ ਦੀ ਅਵਸਥਾ ਪ੍ਰਾਪਤ ਕਰ। ਹੁਣ ਮਨੁੱਖ ਨੂੰ ਪਤਾ ਹੀ ਨਹੀਂ ਕਿ ਸਹਿਜ ਦੀ ਅਵਸਥਾ ਹੁੰਦੀ ਕੀ ਹੈ, ਜਿਹਨਾਂ ਨੂੰ ਪਤਾ ਹੈ ਉਹ ਧੰਨ ਭਾਗੀ ਨੇ। ਪਰ ਸਤਿਸੰਗੀ ਜੀ ਨੂੰ ਅਸੀਂ ਇਹ ਸ਼ਬਦ ਪਤਾ ਨਹੀਂ ਕਿਤਨੀ ਇੱਕ ਵਾਰ ਪੜ੍ਹਿਆ ਹੈ, ਜਦੋਂ ਸਹਿਜ ਪਾਠ ਪੜ੍ਹਦੇ ਹਾਂ ਸੁਣਦੇ ਹਾਂ ਉਦੋਂ ਵੀ ਇਹ ਪੜ੍ਹਿਆ, ਸ਼੍ਰੀ ਖੰਡ ਜਾਪ ਦੇ ਵਿੱਚ ਵੀ ਪੜ੍ਹਿਆ, ਔਰ ਕਥਾ ਵਾਚਕਾਂ ਦੇ ਕੋਲੋਂ ਵੀ ਅਸੀਂ ਸੁਣਿਆ, ਰਾਗੀ ਸਿੰਘਾਂ ਦੇ ਕੋਲੋਂ ਵੀ ਸੁਣਿਆ। ਪਰ ਸਹਿਜ ਦੀ ਅਵਸਥਾ ਸਾਨੂੰ ਇਹ ਕੁਝ ਕਰਨ ਦੇ ਨਾਲ ਵੀ ਪ੍ਰਾਪਤ ਨਹੀਂ ਹੋਈ। ਕਿਉਂ ਨਹੀਂ ਹੋਈ? ਕਿਉਂਕਿ ਸਹਿਜ ਦੀ ਅਵਸਥਾ ਨੂੰ ਪਹਿਲਾਂ ਸਮਝਣਾ ਪਵੇਗਾ ਕਿ ਉਹ ਕਿਹੜੀ ਅਵਸਥਾ ਹੈ, ਜਿਹੜੀ ਅਵਸਥਾ ਧੰਨ ਗੁਰੂ ਨਾਨਕ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ। ਉਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰ ਰਹੇ ਨੇ, ਤਨਾਸਰੀ ਮਹਲਾ ਪਹਿਲਾ, ਧੰਨ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਤਨਾਸਰੀ ਰਾਗ ਦੇ ਅੰਦਰ, ਸਹਿਜ ਮਿਲੇ ਮਿਲਿਆ ਪਰਬਾਨ, ਸਹਿਜ ਮਿਲੇ। ਸਹਿਜ ਕੀ ਹੈ? ਸਤਿਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ ਬਖੂਬ ਸਮਝਾਇਆ ਹੈ ਕਿ ਗੁਰਸਿੱਖੋ, ਜਿਨ੍ਹਾਂ ਨੇ ਉਸ ਸਹਿਜ ਦੀ ਅਵਸਥਾ ਤੱਕ ਪਹੁੰਚਣਾ ਹੈ, ਸਹਿਜ ਬਲੋਬੋ ਹਰਕਾ ਬਲੋਬਨਾ, ਬਲੋਬਨਾ ਭਾਵ ਕੇ ਰਿੜਕਣਾ, ਜਿਵੇਂ ਆਪਾਂ ਦੁੱਧ ਦਹੀਂ ਰਿੜਕਦੇ ਹਾਂ, ਉਹ ਕਾਹਦੇ ਲਈ ਕਿ ਉਸ ਦੇ ਵਿੱਚੋਂ ਮੱਖਣ ਨਿਕਲੇ। ਅਤੇ ਪ੍ਰਭੂ ਦਾ ਸਿਮਰਨ ਅਸੀਂ ਕਾਹਦੇ ਲਈ ਕਰਨਾ ਹੈ ਕਿ ਸਾਨੂੰ ਸਹਿਜ ਦੀ ਅਵਸਥਾ ਦੀ ਪ੍ਰਾਪਤੀ ਹੋਵੇ। ਹਰ ਕਾ ਬਲੋਬਨਾ ਬਲੋਬੋ ਮੇਰੇ ਭਾਈ, ਇਸ ਢੰਗ ਦੇ ਨਾਲ ਸਿਮਰਨ ਕਰੋ, ਹਰ ਕਾ ਬਲੋਬਨਾ ਬਲੋਬੋ ਮੇਰੇ ਭਾਈ, ਸਹਿਜ ਬਲੋਬੋ ਜੈਸੇ ਤਤ ਨਾ ਜਾਈ, ਜਿਵੇਂ ਕਿ ਦਹੀਂ ਨੂੰ ਰਿੜਕਿਆ ਜਾਏ। ਇਹ ਵੀ ਇੱਕ ਢੰਗ ਅਤੇ ਤਰੀਕਾ ਹੈ, ਟਕਨੀਕ ਬੀਬੀਆਂ ਨੂੰ ਪਤਾ ਹੈ ਖਾਸ ਕਰਕੇ, ਕਿ ਜਦੋਂ ਦਹੀਂ ਨੂੰ ਰਿੜਕਿਆ ਜਾਂਦਾ ਹੈ ਅਤੇ ਆਖਰ ਵਿੱਚ ਜਦੋਂ ਮੱਖਣ ਨਿਕਲਣਾ ਸ਼ੁਰੂ ਹੁੰਦਾ ਹੈ ਅਤੇ ਜਿਹੜਾ ਰਿੜਕਣਾ ਹੈ ਉਹ ਸਹਿਜ ਵਿੱਚ ਹੋ ਜਾਂਦਾ ਹੈ, ਸਹਿਜ ਬਲੋਬੋ ਹੌਲੀ ਹੌਲੀ। ਕਿਉਂ? ਸਹਿਜ ਬਲੋਬੋ ਜੈਸੇ ਤਤ ਨਾ ਜਾਈ, ਕਿਉਂਕਿ ਉਹਨਾਂ ਬੀਬੀਆਂ ਨੂੰ ਪਤਾ ਹੈ ਕਿ ਜੇ ਹੁਣ ਮੈਂ ਇਸ ਨੂੰ ਤੇਜ਼ ਤੇਜ਼ ਰਿੜਕਿਆ ਤਾਂ ਮੱਖਣ ਵਿੱਚੇ ਘੁਲ ਜਾਵੇਗਾ, ਫਿਰ ਹੱਥ ਪੱਲੇ ਕੁਛ ਨਹੀਂ ਆਵੇਗਾ। ਇਸ ਕਰਕੇ ਗੁਰਬਾਣੀ ਦਾ ਗਿਆਨ ਹੈ, ਸਹਿਜ ਪੱਕੇ ਸੋ ਮਿੱਠਾ ਹੋਏ, ਸਹਿਜੇ ਸਹਿਜੇ ਸਹਿਜ ਅਵਸਥਾ ਤੱਕ ਪਹੁੰਚਣਾ ਹੈ। ਤਾਂ ਹਰ ਕਾ ਬਲੋਬਨਾ ਬਲੋਬੋ ਮੇਰੇ ਭਾਈ, ਸਹਿਜ ਬਲੋਬੋ ਜੈਸੇ ਤਤ ਨਾ ਜਾਈ। ਜਦੋਂ ਪ੍ਰਭੂ ਦਾ ਸਿਮਰਨ ਕਰਦਿਆਂ ਕਰਦਿਆਂ ਸਹਿਜੇ ਸਹਿਜੇ ਸਹਿਜ ਦੀ ਅਵਸਥਾ ਵਿੱਚ ਮਨੁੱਖ ਪਹੁੰਚਦਾ ਹੈ, ਸਹਿਜ ਮਿਲੇ, ਕਹਿੰਦੇ ਇੱਥੇ ਆਣ ਕੇ ਆਤਮਾ ਅਤੇ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ। ਮਿਲਿਆ ਪ੍ਰਵਾਨ, ਕਹਿੰਦੇ ਉਹੀ ਕਬੂਲ ਨੇ, ਉਹੀ ਪ੍ਰਭੂ ਦੇ ਦਰ 'ਤੇ ਪ੍ਰਵਾਨ ਹੁੰਦੇ ਨੇ। ਸੋ ਸਤਿਸੰਗੀ ਜਨੋਂ, ਤਾਂ ਤਾਂ ਅੱਜ ਤੋਂ ਸਾਨੂੰ ਸ਼ੁਰੂ ਕਰ ਦੇਣਾ ਚਾਹੀਦਾ ਹੈ ਗੁਰੂ ਨਾਨਕ ਪਾਤਸ਼ਾਹ ਦਾ ਇਹ ਉਪਦੇਸ਼ ਮੰਨ ਕੇ ਕਿ ਮੈਂ ਵੀ ਸਹਿਜ ਦੀ ਅਵਸਥਾ ਪ੍ਰਾਪਤ ਕਰ ਲਵਾਂ। ਅਤੇ ਜਿਨ੍ਹਾਂ ਨੇ ਇਸ ਅਵਸਥਾ ਤੱਕ ਆਪਣੇ ਜੀਵਨ ਨੂੰ ਲੈ ਕੇ ਗਏ ਨੇ,
ना ते स्मरण ना आवण जान। कहिंदे फिर ऐसे मनुख वो आत्मक तौर ते कदे भी नहीं मरदे ते उन्हां दा संसार ते आउणा जाणा भी समाप्त हो जांदा है। सतगुरु पातशाह पूरी कोशिश कर रहे ने कि घट ते घट जितने गुरसिख जुड़े ने, जितने प्रेमी जन जुड़े ने, इन्हां दा तां जीवन कल्याण होवे, इह ते उस अवस्था नूं प्राप्त करन। सो धन गुरु नानक पातशाह सहज दी अवस्था दा ये कथन कर रहे ने, समझा रहे ने कि किसे ढंग दे नाल मनुख समझ जावे, क्योंकि इस अवस्था नूं प्राप्त कीते तो बिना साडा ज्ञान अधूरा ही है। गुरप्रसाद सहज घर पाया, गुरु दे बख्शी कीते हुए ज्ञान नूं जिन्हां ने कमाया है सहज घर उन्हां ने ही लभिया है। गुरप्रसाद सहज घर पाया, मिटिया अंधेरा चंद चढ़िया। कहिंदे सहज अवस्था दे विच जा के अज्ञानता दा हनेरा खत्म होया ते प्रभु रूपी चानण हो गया। अजे तक साडे अंदर अनेरा ही नेरा, असीं हनेरे विच ही घूमी जा रहे हां, हनेरे विच ही सारे असीं धर्म दे भी कर्म हनेरे विच ही करी जा रहे हां। सतसंगी जनों, आओ तुहानु गुरु नानक पातशाह दे इस ज्ञान नूं आपां समझिए ते इस नूं अपने हिरदे अंदर चानण करिए, क्योंकि गुरबाणी इस जग में चानण। अगर साडे हिरदे दे अंदर कोई चानण कर सकती है, कोई सूझबूझ बख्शी कर सकती है, कोई सानू अकल दे सकती है, तो वह गुरबाणी है। सो सतसंगी जनों, गुरु पातशाह कहिंदे ने कि दुनिया वल वेखिया कि इत्थे ते दही रिड़कना सी, भाव के परमात्मा का सिमरन करना सी, कादे वास्ते, प्रभु की प्राप्ति वास्ते। जिमें दही रिड़कते हैं मक्खन घ्यो की प्राप्ति वास्ते, किरत कारण दद मथे सियान, सियाणी स्त्री दुध नूं क्यों रिड़कती है कि मक्खन मिले। किरत कारण, किरत कहिंदे ने घ्यो नूं, किरत कारण दद मथे सियान, जीवन मुक्त सोई निर्वाण। सो सतसंगी जनों, गुरु नानक पातशाह ने वेख्या कि दुनिया ते धर्म कर्म ते बहुत हो रहे ने, बड़े धर्म ने, पर सब पाणी रिड़कते पए ने। पंडित दही बलोईए भाई, कह रहे ने ऐ सियाणे मनुखो की करदे हो, रिड़कना ते दही है। पंडित दही बलोईए भाई, विचों निकले तत्थ, ते दही रिड़कण दे नाल जो तत्थ निकलेगा, जो तत्थ निकलेगा वह है मक्खन घ्यो। तो जल मथीए तो जे कोई पानी नूं रिड़की जांदा है उत्थों की निकलेगा, सोच के वेखो कि दही नूं रिड़कांगे तो साडे हथ मक्खन लग जाएगा, तो जे कोई पानी रिड़कदा है। जल मथीए जल देखिए भाई, ये जग एहा बथ, कहिंदे ये सारा संसार पानी रिड़की जांदा है, पानी रिड़की जांदा है। पाप के कर्म कांडां दे विच इतना परम जाल दे विच फसिया होया है, ते फिर वो किरत वो तत् साडे हाथ नहीं आवेगा। परमे भूला साकत फिरता, नीर बरोले खप खप मरता। मनुख कर्म कांड करके कहिंदा मैं बहुत धर्मी हो गया है, पर गुरु पातशाह कहिंदे खप खप के मरन वाली ही गल है। असल विच इंटरनल नॉलेज जिस मनुख ने प्राप्त कर लिया, असली प्रभु रूपी तत् उन्हां दे ही हाथ लगा है। इस करके गुरु पातशाह ने जो कृपा कीती है कि ऐसी सहज दी अवस्था प्राप्त करो, ना ते स्मरण ना आवण जान। फिर कहिंदे उन्हां नूं आत्मक तौर ते कदे वो मर नहीं सकदे, ते ना आवण जान, ते उन्हां दा जम्मण मरना भी खत्म हो जाएगा। हुण वो जूना विच नहीं आउणगे। जिहड़े इस जीवन विच सहज अवस्था प्राप्त कर गए, वो सदीव काल प्रभु दे विच अभेद हो गए, हुण उन्हां दा जम्मण मरना नहीं है। अगर अपने इस जीवन दे विच सहज दी अवस्था प्राप्त ना कीती, ते सतसंगी जनों जिहड़ी फिर
ਜੁੱਗਾਂ ਤੋਂ ਪ੍ਰਕਿਰਿਆ ਜਨਮ ਮਰਨ ਦੀ ਚੱਲੀ ਆ ਰਹੀ ਹੈ, ਫਿਰ ਉਹ ਅੱਗੇ ਵੀ ਚੱਲਦੀ ਰਹੇਗੀ। ਇੱਥੇ ਸਮਾਪਤੀ ਹੋ ਸਕਦੀ ਹੈ ਜੇਕਰ ਅਸੀਂ ਗੁਰੂ ਦਾ ਕਹਿਣਾ ਮੰਨ ਲਈਏ, ਗੁਰੂ ਦੇ ਹੁਕਮ ਨੂੰ ਮੰਨ ਲਈਏ, ਗੁਰੂ ਦੇ ਉਪਦੇਸ਼ ਨੂੰ ਮੰਨ ਲਈਏ। ਸਤਸੰਗੀ ਜਨੋਂ ਤ੍ਰਾਸਦੀ ਇਹ ਹੈ ਕਿ ਅਸੀਂ ਪੜ੍ਹ ਵੀ ਲੈਂਦੇ ਹਾਂ, ਸੁਣ ਵੀ ਲੈਂਦੇ ਹਾਂ, ਪਰ ਮੰਨਣ ਤੋਂ ਇਨਕਾਰੀ ਹੋ ਜਾਂਦੇ ਹਾਂ, ਮੰਨਦੇ ਹੀ ਨਹੀਂ ਅਸੀਂ। ਅਤੇ ਮੰਨਣ ਤੋਂ ਬਿਨਾਂ ਅਸੀਂ ਫਿਰ ਆਤਮਿਕ ਤੌਰ 'ਤੇ ਤਰੱਕੀ ਨਹੀਂ ਕਰ ਸਕਦੇ। ਇਸ ਕਰਕੇ ਸਤਸੰਗੀ ਜਨੋ, ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਬਹੁਤ ਹੀ ਪਿਆਰੇ ਬਚਨ, ਗਿਆਨ ਭਰਪੂਰ ਬੜੇ ਪਿਆਰ ਦੇ ਨਾਲ ਸਰਵਣ ਕਰੋ ਕਿ ਜਿਸ ਮਨੁੱਖ ਨੇ ਸਹਿਜ ਦੀ ਅਵਸਥਾ ਕਰਨੀ ਹੈ, ਜਦੋਂ ਉਤਰ ਪੈਂਦਾ ਹੈ ਅਤੇ ਆਖਰ ਉਸ ਅਵਸਥਾ ਵਿੱਚ ਪਹੁੰਚ ਕੇ ਉਸ ਨੂੰ ਕੀ ਪਤਾ ਲੱਗਦਾ ਹੈ, ਠਾਕਰ ਮੈਂ ਦਾਸ, ਦਾਸ ਮੈਂ ਸੋਏ, ਠਾਕਰ ਮੈਂ ਦਾਸ, ਦਾਸ ਮੈਂ ਸੋਏ, ਕਿ ਇਹ ਸਾਰਾ ਸੰਸਾਰ ਇਹ ਪਰਮਾਤਮਾ ਵਿੱਚ ਹੈ ਅਤੇ ਪਰਮਾਤਮਾ ਇਸ ਸੰਸਾਰ ਵਿੱਚ। ਆਹ ਗੱਲ ਸਮਝਣੀ ਹੈ, ਅਸੀਂ ਪਰਮਾਤਮਾ ਵਿੱਚ ਹੈ ਅਤੇ ਪਰਮਾਤਮਾ ਸਾਡੇ ਵਿੱਚ ਹੈ। ਫਰੀਦਾ ਖਾਲਕ ਖਲਕ ਮੈਂ ਖਲਕ ਵਸੇ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ ਦਾ ਜਾਂ ਤਿਸ ਬਿਨ ਕੋਈ ਨਾ ਹੈ। ਇਸ ਕਰਕੇ ਸਤਸੰਗੀ ਜਨੋ, ਇਸ ਗੱਲ ਨੂੰ ਸਮਝੋ ਕਿ ਅਸੀਂ ਪਰਮਾਤਮਾ ਵਿੱਚ ਹਾਂ ਅਤੇ ਪਰਮਾਤਮਾ ਸਾਡੇ ਵਿੱਚ ਹੈ। ਅਤੇ ਇਹ ਕਰਮ ਕਾਂਡਾਂ ਦੁਆਰਾ ਇਹ ਸਾਨੂੰ ਸਮਝ ਨਹੀਂ ਪਵੇਗਾ। ਸੋ ਸਤਿਗੁਰੂ ਨੇ ਆਖਿਆ ਠਾਕਰ ਮੈਂ ਦਾਸ, ਦਾਸ ਮੈਂ ਸੋਏ, ਅਸੀਂ ਉਸ ਮਾਲਕ ਦੇ ਠਾਕਰ ਦੇ ਦਾਸ ਹਾਂ। ਇਹ ਸਮਝ ਉਹਨਾਂ ਨੂੰ ਪਵੇਗੀ ਜਿਹੜੇ ਦਾਸ ਬਣਗੇ, ਜਿਹੜੇ ਸੇਵਕ ਬਣਗੇ, ਜਿਨ੍ਹਾਂ ਦੇ ਮਨ ਵਿੱਚ ਪ੍ਰਬਲ ਇੱਛਾ ਹੋਵੇਗੀ ਕਿ ਮੈਂ ਵੀ ਸਹਿਜ ਦੀ ਅਵਸਥਾ ਪ੍ਰਾਪਤ ਕਰ ਲਵਾਂ। ਉਸ ਨੂੰ ਕੀ ਪਤਾ ਲੱਗਾ ਦਾਸ ਮੈਂ ਸੋਏ ਕਿ ਉਹ ਪ੍ਰਭੂ ਪਰਮਾਤਮਾ ਦਾਸ ਦੇ ਅੰਦਰ ਹੀ ਸੀ। ਫਿਰ ਸਤਸੰਗੀ ਜੀ ਨੂੰ ਕਿਉਂ ਨੂੰ ਫਿਰ ਆਪਣੇ ਆਪ ਨੂੰ ਫਰੋਲ ਦੇ, ਕਿਉਂ ਨਹੀਂ ਆਪਣੇ ਆਪ ਨੂੰ ਖੋਜ ਦੇ? ਇਹ ਖੋਜਣਾ ਤਾਂ ਪਵੇਗਾ ਹੀ ਜੇਕਰ ਚਾਹੁੰਦੇ ਹੋ ਕਿ ਸਾਡਾ ਜੀਵਨ ਸਫਲਾ ਹੋਵੇ। ਠਾਕਰ ਮੈਂ ਦਾਸ, ਦਾਸ ਮੈਂ ਸੋਏ, ਜਹਿ ਦੇਖਾਂ ਤਹਿ ਅਵਰ ਨਾ ਕੋਏ। ਐਸੀ ਪਰਮ ਅਵਸਥਾ ਵਿੱਚ, ਸਹਿਜ ਦੀ ਅਵਸਥਾ ਵਿੱਚ ਪਹੁੰਚ ਕੇ ਮਨੁੱਖ ਨੂੰ ਪਤਾ ਲੱਗਦਾ ਹੈ ਕਿ ਇੱਥੇ ਤਾਂ ਪਰਮਾਤਮਾ ਤੋਂ ਬਿਨਾਂ ਹੈ ਹੀ ਕੁਛ ਨਹੀਂ। ਜਹਿ ਦੇਖਾਂ, ਉਸ ਨੂੰ ਉਹ ਫਿਰ ਜਿੱਧਰ ਵੀ ਦੇਖਦਾ ਹੈ, ਜਿਸ ਚੀਜ਼ ਨੂੰ ਵੇਖਦਾ ਹੈ, ਹਰ ਪਾਸੇ ਪਰਮਾਤਮਾ ਦਾ ਨੂਰ ਉਸ ਨੂੰ ਦਿਖਾਈ ਦਿੰਦਾ ਹੈ। ਜਲ ਵਿੱਚ ਵੀ ਦੇ ਰਿਹਾ ਹੈ, ਥਲ ਵਿੱਚ ਵੀ ਦੇ ਰਿਹਾ ਹੈ, ਆਕਾਸ਼ ਵਿੱਚ ਵੀ, ਸਾਰੇ ਜੀਆ ਜੰਤ ਵਿੱਚ, ਬਨਸਪਤੀ ਵਿੱਚ, ਸਾਰੇ ਜੀਵਾਂ ਦੇ ਵਿੱਚ, ਹਰ ਪਾਸੇ ਕਣ ਕਣ ਦੇ ਵਿੱਚ ਫਿਰ ਉਸ ਨੂੰ ਪਰਮਾਤਮਾ ਦਾ ਨੂਰ ਦਿਖਾਈ ਦਿੰਦਾ ਹੈ। ਜੈ ਦੇਖਾਂ ਤੈ ਅਵਰ ਨਾ ਕੋਏ, ਫਿਰ ਪਤਾ ਲੱਗਦਾ ਹੈ ਕਿ ਪਰਮਾਤਮਾ ਤੋਂ ਬਿਨਾਂ ਤਾਂ ਇੱਥੇ ਕੁਝ ਵੀ ਨਹੀਂ ਹੋ। ਸੰਸਾਰ 'ਤੇ ਲੜਾਈ ਝਗੜੇ ਇਸ ਕਰਕੇ ਨੇ, ਅਗਿਆਨਤਾ ਕਰਕੇ ਨੇ। ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਕਿ ਮੈਂ ਬਹੁਤ ਚੰਗਾ ਹੈ, ਦੂਸਰੇ ਮਾੜੇ ਨੇ, ਤੀਸਰੇ ਮਾੜੇ ਨੇ, ਪਾਪ ਕੇ ਮਨੁੱਖ ਦੇ ਜੀਵਨ ਵਿੱਚ ਇਹ ਲੜਾਈਆਂ ਹੀ ਤਾਂ ਹੋਈਆਂ ਰਹੇ। ਜੇਕਰ ਅਸੀਂ ਆਤਮਿਕ ਗਿਆਨ ਦੀ ਪ੍ਰਾਪਤੀ ਕਰ ਲਈਏ ਤਾਂ ਸੰਸਾਰ ਦੇ ਵਿੱਚ ਇਹ ਸਾਰੇ ਝਗੜੇ ਖਤਮ ਹੋ ਸਕਦੇ ਨੇ, ਪਰਿਵਾਰਾਂ ਦੇ ਝਗੜੇ ਖਤਮ ਹੋ ਸਕਦੇ ਨੇ, ਜੀਵਨ ਦੇ ਵਿੱਚੋਂ ਕਲਾ ਕਲੇਸ਼ ਖਤਮ ਹੋ ਸਕਦੇ ਨੇ, ਜਦੋਂ ਆਤਮਿਕ ਗਿਆਨ ਦੀ ਸੋਝੀ ਪ੍ਰਾਪਤ ਹੋਵੇਗੀ। ਪਰ ਮਨੁੱਖ ਪੜ੍ਹ ਜਾਂਦਾ ਹੈ, ਬੜੀ ਵਿੱਦਿਆ ਪੜ੍ਹ ਲੈਂਦਾ ਹੈ, ਬੜਾ ਗਿਆਨ ਬਿਆਨ ਹੋ ਜਾਂਦਾ ਹੈ, ਪਰ ਆਤਮਿਕ ਵਿੱਦਿਆ ਤੋਂ ਵਾਂਝਾ ਰਹਿ ਜਾਂਦਾ ਹੈ। ਸੋ ਧੰਨ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰ ਰਹੇ ਨੇ ਕਿ ਸਤਸੰਗੀ ਜਨੋ, ਐਵੇਂ ਨਾ ਜੀਵਨ ਵਿਅਰਥ ਗਵਾਓ, ਆ ਸਹਿਜ ਦੀ ਅਵਸਥਾ ਪ੍ਰਾਪਤ ਕਰੋ। ਅਤੇ ਫਿਰ ਐਸੀ ਅਵਸਥਾ ਵਿੱਚ ਜਾ ਕੇ ਪ੍ਰਤੱਖ ਇਹ ਦਿਸੇਗਾ, ਜੈ ਦੇਖਾਂ ਤੈ ਅਵਰ ਨਾ ਕੋਏ। ਕਹਿੰਦੇ ਹੁਣ ਮੈਂ ਜਿੱਧਰ ਦੇਖਦਾ ਏ, ਪਰਮਾਤਮਾ ਤੋਂ ਬਿਨਾਂ ਮੈਨੂੰ ਹੋਰ ਕੁਝ ਨਜ਼ਰ ਆ ਹੀ ਨਹੀਂ ਰਿਹਾ। ਗੁਰਮੁਖ ਭਗਤ ਸਹਿਜ ਘਰ ਪਾਈਐ। ਅਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਜਨ ਉਹ ਸਹਿਜ ਘਰ ਵਿੱਚ ਪਹੁੰਚ ਜਾਂਦੇ ਨੇ। ਗੁਰਮੁਖ ਭਗਤ ਜਿਹੜੇ ਪ੍ਰੇਮਾ ਭਗਤੀ ਕਰਨ ਵਾਲੇ ਨੇ, ਪ੍ਰੇਮ ਦੇ ਵਿੱਚ ਭਗਤੀ ਕਰਕੇ, ਉਸ ਪ੍ਰਭੂ ਦੀ ਆਰਾਧਨਾ ਕਰਕੇ, ਜਿਹੜੇ ਭਗਤੀ ਕਰਦੇ ਹੀ ਇਸ ਵਾਸਤੇ ਨੇ ਕਿ ਇਹ ਪ੍ਰਭੂ ਜੀ ਮੈਂ ਆਪ ਜੀ ਦੇ ਨਾਲ ਮਿਲਣਾ ਚਾਹੁੰਦਾ ਹਾਂ, ਉਹਨਾਂ ਨੂੰ ਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ ਆਖਦੇ ਨੇ ਗੁਰਮੁਖ ਭਗਤ।
ਅਤੇ ਐਸੇ ਜਿਹੜੇ ਭਗਤੀ ਕਰਨ ਵਾਲੇ ਨੇ ਸਹਿਜ ਘਰ ਪਾਈਏ, ਉਹਨਾਂ ਨੂੰ ਸਹਿਜ ਘਰ ਲੱਭ ਪੈਂਦਾ ਏ, ਉਹਨਾਂ ਨੂੰ ਸਹਿਜ ਦੀ ਅਵਸਥਾ ਦਾ ਪਤਾ ਲੱਗ ਜਾਂਦਾ ਏ। ਇਸ ਕਰਕੇ ਸਤਸੰਗੀ ਜਨੋ, ਇਹ ਕਿਤੇ ਕਹਿਣ ਸੁਣਦੀਆਂ ਗੱਲਾਂ ਨੇ, ਪਰ ਫਿਰ ਵੀ ਅਸੀਂ ਕਮਾਉਂਦੇ ਪਤਾ ਨਹੀਂ ਕਿਉਂ ਨੇ। ਜਦੋਂ ਗੁਰੂ ਪਾਤਸ਼ਾਹ ਸਾਨੂੰ ਇਹ ਸਮਝਾਉਂਦੇ ਨੇ ਕਿ ਇਹ ਕੁਛ ਕਰੋ, ਇਹ ਕੁਛ ਪ੍ਰਾਪਤ ਕਰੋ, ਫਿਰ ਦੱਸ ਵੀ ਰਹੇ ਨੇ ਕਿ ਇਹ ਕਿੱਦਾਂ ਕਮਾਇਆ ਜਾ ਸਕਦਾ ਹੈ। ਇਹ ਚੌਥੀ ਅਵਸਥਾ ਦੀ ਗੱਲ ਸਤਿਗੁਰੂ ਪਾਤਸ਼ਾਹ ਜਿਹੜੀ ਕਰ ਰਹੇ ਨੇ, ਉਸ ਅਵਸਥਾ ਤੱਕ ਆਪਾਂ ਕਿਵੇਂ ਪਹੁੰਚ ਸਕਦੇ ਹਾਂ? ਸਤਸੰਗੀ ਜਨੋ, ਜਦੋਂ ਅਸੀਂ ਗੁਰਬਾਣੀ ਨੂੰ ਪੂਰਨ ਤੌਰ 'ਤੇ ਮੰਨਣਾ ਸ਼ੁਰੂ ਕਰ ਦਿੱਤਾ ਔਰ ਇਸ ਨੂੰ ਕਮਾਉਣਾ ਸ਼ੁਰੂ ਕਰ ਦਿੱਤਾ, ਤਾਂ ਸਤਿਗੁਰੂ ਪਾਤਸ਼ਾਹ ਫਿਰ ਐਸੇ ਗੁਰਸਿੱਖਾਂ 'ਤੇ ਕਿਰਪਾ ਕਰ ਦਿੰਦੇ ਨੇ, ਜਾਂ ਤੂੰ ਤੁਸੇ ਮਿਹਰਬਾਨ ਅਚਿੰਤ ਵਸੇ ਮਨ ਮਾਹੇ। ਕਹਿੰਦੇ ਧਿਆਨ ਅੰਤਰ ਹੋ ਕੇ ਜਦੋਂ ਪ੍ਰਭੂ ਦੀ ਪ੍ਰਾਪਤੀ ਵਾਸਤੇ ਮਨ ਵਿੱਚ ਇੱਛਾ ਸੀ, ਅਤੇ ਅਚਾਨਕ ਪ੍ਰਭੂ ਦੀ ਸ਼ਕਤੀ ਅੰਦਰ ਅਨੁਭਵ ਹੋਈ, ਜਾਂ ਤੁਸੇ ਮਿਹਰਬਾਨ ਅਚਿੰਤ ਵਸੇ ਮਨ ਮਾਹੇ। ਮਨੁੱਖ ਨੂੰ ਅਚਾਨਕ ਹੀ ਪਤਾ ਲੱਗਦਾ ਹੈ ਕਿ ਜੋ ਪ੍ਰਭੂ ਨੇ ਦੱਸਿਆ ਸੀ ਕਿ ਤੇਰੇ ਅੰਦਰ ਪ੍ਰਭੂ ਪਰਮਾਤਮਾ ਦੀ ਹੋਂਦ ਹੈ, ਸ਼ਕਤੀ ਹੈ, ਅਤੇ ਉਹ ਅੰਦਰ ਅਨੁਭਵ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਪਹਿਲੀ ਅਵਸਥਾ। ਦੂਸਰੀ ਅਵਸਥਾ ਸਤਿਗੁਰੂ ਪਾਤਸ਼ਾਹ ਆਖਦੇ ਨੇ ਕਿ ਜਾਂ ਤੂੰ ਤੁਸੇ ਮਿਹਰਬਾਨ ਤਾਂ ਘਰ ਮੈਂ ਨੌ ਨਿੱਧ ਪਾਹੇ। ਜਿਹੜੀਆਂ ਰਿੱਧੀਆਂ ਸਿੱਧੀਆਂ ਮਗਰ ਮਨੁੱਖ ਦੌੜਾ ਫਿਰਦਾ ਸੀ, ਅਤੇ ਹੁਣ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਇਹ ਰਿੱਧੀਆਂ ਸਿੱਧੀਆਂ ਪਿੱਛੇ ਲੱਗੀਆਂ ਫਿਰਨ, ਜੋ ਹਰ ਹਿਰਦੇ ਸਦਾ ਵਸਾਏ। ਪਹਿਲਾਂ ਮਨੁੱਖ ਮਗਰ ਮਗਰ ਦੌੜਦਾ ਸੀ, ਹੁਣ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਐਸੀ ਅਵਸਥਾ ਵਿੱਚ ਜਾ ਕੇ ਅਤੇ ਰਿੱਧੀਆਂ ਸਿੱਧੀਆਂ ਹੱਥ ਜੋੜ ਕੇ, ਹੱਥ ਜੋੜ ਕੇ ਪ੍ਰਭੂ ਦੇ ਪਿਆਰਿਆਂ ਦੇ ਮਗਰ ਉਹ ਅੰਗੀਕਾਰ ਕਰੋ, ਭਾਵ ਕੇ ਰਿੱਧ ਸਿੱਧ ਨਾਵੇ ਕੀ ਦਾਸੀ, ਨਾਮ ਦੀਆਂ ਦਾਸੀਆਂ ਨੇ। ਇਸ ਕਰਕੇ ਸਤਸੰਗੀ ਜਨੋ, ਆਓ ਸਤਿਗੁਰੂ ਪਾਤਸ਼ਾਹ ਕਿਤਨਾ ਸੌਖਾ ਗਿਆਨ ਦੇ ਰਹੇ ਨੇ ਕਿ ਜਿਹਨਾਂ ਮਗਰ ਤੂੰ ਭੱਜਦਾ ਹੈ ਨਾ, ਜਦੋਂ ਤੂੰ ਪਰਮਾਤਮਾ ਦੇ ਨਾਮ ਵਿੱਚ ਲੀਨ ਹੋ ਜਾਏਗਾ, ਇਹ ਤੇਰੇ ਮਗਰ ਮਗਰ ਭੱਜਣਗੀਆਂ ਨੇ। ਗਊ ਘਰ ਪੱਕਰੀ ਨਾ ਆਈ ਹਾਥ। ਕਹਿੰਦੇ ਜਿਤਨਾ ਤੂੰ ਇਹਨਾਂ ਦੇ ਮਗਰ ਦੌੜੇਗਾ ਨਾ, ਇਹ ਦੌੜਦੀਆਂ ਜਾਣਗੀਆਂ, ਤੂੰ ਮਗਰ ਮਗਰ ਇਹ ਅੱਗੇ ਅੱਗੇ। ਗਊ ਘਰ ਪੱਕਰੀ ਨਾ ਆਈ ਹਾਥ, ਪ੍ਰੀਤ ਕਰੀ ਚੱਲੀ ਨਹੀਂ ਸਾਥ, ਕਹੋ ਨਾਨਕ ਜੋ ਤਿਆਗ ਦੇਈ ਤੋ ਆਪੇ ਸ਼ਰਣੀ ਆਏ ਪਈ। ਜਦੋਂ ਅਸੀਂ ਇਹ ਰਿੱਧੀਆਂ ਸਿੱਧੀਆਂ ਨੂੰ ਤਿਆਗ ਕੇ ਨਾਮ ਦੇ ਵਿੱਚ ਲੀਨ ਹੋ ਗਏ, ਤਾਂ ਫਿਰ ਇਹ ਆਪੇ ਸਾਰੀਆਂ ਸ਼ਰਨ ਦੇ ਵਿੱਚ ਆ ਜਾਂਦੀਆਂ ਨੇ। ਇਸ ਕਰਕੇ ਤਤ ਗਿਆਨ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਸਤਿਗੁਰੂ ਪਾਤਸ਼ਾਹ ਕਿਰਪਾ ਕਰੇ ਨੇ ਕਿ ਜਦੋਂ ਜਾਂ ਤੂੰ ਤੁਸੇ ਮਿਹਰਬਾਨ ਤਾਂ ਘਰ ਮੈਂ ਨੌ ਨਿੱਧ ਪਾਹੇ, ਜਾਂ ਤੂੰ ਤੁਸੇ ਮਿਹਰਬਾਨ ਤਾਂ ਗੁਰ ਕਾ ਸ਼ਬਦ ਕਮਾਹੇ। ਕਮਾਉਣਾ ਪੈਂਦਾ ਹੈ ਗੁਰੂ ਦਾ ਸ਼ਬਦ। ਹੁਣ ਸਤਿਗੁਰੂ ਪਾਤਸ਼ਾਹ ਦੀ ਇਹ ਤੀਸਰੀ ਕਿਰਪਾ ਹੋਈ, ਮਨੁੱਖ ਨੂੰ ਪਤਾ ਲੱਗ ਗਿਆ ਕਿ ਮੈਨੂੰ ਤਾਂ ਜੀਵਨ ਮਿਲਿਆ ਗੁਰੂ ਦੇ ਸ਼ਬਦ ਨੂੰ ਕਮਾਉਣ ਵਾਸਤੇ। ਉਹ ਫਿਰ ਕਮਾਉਣਾ, ਪ੍ਰੈਕਟੀਕਲ ਕਮਾਉਣਾ ਉਹ ਸ਼ੁਰੂ ਕਰ ਦਿੰਦਾ ਹੈ, ਅਤੇ ਕਮਾਉਂਦਿਆਂ ਕਮਾਉਂਦਿਆਂ ਜਾਂ ਤੂੰ ਤੁਸੇ ਮਿਹਰਬਾਨ ਤਾਂ ਨਾਨਕ ਸੱਚ ਸਮਾਏ, ਇੱਥੇ ਸਹਿਜ ਦੀ ਅਵਸਥਾ ਪ੍ਰਾਪਤ ਹੋਈ ਹੈ। ਇਸ ਕਰਕੇ ਸਤਸੰਗੀ ਚ ਨੂੰ ਵੇਖਿਆ ਕਰੋ, ਸਿਰਫ ਸੁਣਦੇ ਹੀ ਨਾ ਰਿਹਾ ਕਰੋ, ਵੇਖਿਆ ਕਰੋ ਕਿ ਮੇਰੀ ਅਵਸਥਾ ਕਿਹੜੀ ਹੈ, ਕਿ ਮੈਂ ਕਿਸੇ ਅਵਸਥਾ ਦੇ ਵਿੱਚ ਪਹੁੰਚਾ ਹਾਂ ਕਿ ਜਾਂ ਨਹੀਂ ਪਹੁੰਚਾ, ਚੱਲਿਆ ਵੀ ਹੈ ਕਿ ਨਹੀਂ ਚੱਲਿਆ। ਇਸ ਕਰਕੇ ਸਤਸੰਗੀ ਜਨੋਂ, ਇਹ ਤਾਂ ਚੱਲਣਾ ਹੀ ਪਵੇਗਾ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਜੀਵਨ ਸਫਲਾ ਹੋਵੇ। ਸੋ ਸਤਿਗੁਰੂ ਪਾਤਸ਼ਾਹ ਨੇ ਇਹ ਕਿਰਪਾ ਕੀਤੀ ਹੈ, ਗੁਰਮੁਖ ਭਗਤ ਸਹਿਜ ਘਰ ਪਾਈਏ। ਅੱਜ ਧੰਨ ਗੁਰੂ ਨਾਨਕ ਪਾਤਸ਼ਾਹ ਸਹਿਜ ਘਰ ਦੀ ਹੀ ਗੱਲ ਕਰ ਰਹੇ ਨੇ ਕਿ ਕਿਸੇ ਢੰਗ ਦੇ ਨਾਲ ਗੁਰਮੁਖ ਜਨ ਪ੍ਰੇਮਾ ਭਗਤੀ ਕਰਕੇ ਸਹਿਜ ਅਵਸਥਾ ਵਿੱਚ ਪਹੁੰਚ ਜਾਣ। ਗੁਰਮੁਖ ਭਗਤ ਸਹਿਜ ਘਰ ਪਾਈਐ, ਬਿਨ ਗੁਰ ਭੇਟੇ ਮਰ ਆਈਐ ਜਾਈਐ। ਬਿਨਾਂ ਗੁਰੂ ਤੋਂ ਇਹ ਗਿਆਨ ਦੀ ਪ੍ਰਾਪਤੀ ਨਹੀਂ ਹੈ, ਕਿਉਂਕਿ ਗੁਰੂ ਹੀ ਹੈ ਜੋ ਸਾਨੂੰ ਗਿਆਨ ਦਿੰਦਾ ਹੈ। ਗੁਰੂ ਗੁਰਬਿਨ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ ਹੈ।
क्योंकि गुरु एक ऐसी शक्ति है जिहड़ी सानू भी जानदी है और परमात्मा नू भी जानदी है। जिहड़ा गुरु परमात्मा नू भी जानदा है ते उह सानू भी जानदा है, मिला उही सकदा है। ते धन गुरु नानक पातशाह ते संसार ते आए इस करके ने कि जिहड़ी भुली भटकी दुनिया है, जितनिया भी आत्मा परमात्मा तो बिछड़ियां होईयां ने, उहनां नू समझा बुझा के उस परमात्मा दे नाल जोड़न वास्ते धन गुरु नानक पातशाह संसार ते आए ने। ते ए अपने पावन पवित्र बचन धन गुरु नानक पातशाह श्री गुरु ग्रंथ साहिब महाराज विच अंकित कर गए कि इहनां नू पढ़ो, इहनां नू सुनो, इहनां नू विचारो, तां फिर इहनां नू कमाओ। जिहड़े कमाउंदे ने बिन गुर भेटे मर आईए जाइए, ते जिन्हां ने सतगुरु दी गल नू मन्निया ही नहीं उहनां दा फिर आवागमन दा चक्कर, जन्म मरण दा चक्कर फिर उहनां दा चलिया रहिंदा है। रहाओ सो गुर करो जे साच दड़ावै, कहिंदे ऐसे गुरु नू धारण करो, भाव के ऐसे गुरु दे चरणां दे नाल जुड़ो। जिहड़ा गुरु सानू सच दड़ाउंदा है, पक्का करदा है साडे हिरदे अंदर। हुण धन गुरु नानक पातशाह ने होका दित्ता ना कि आद सच, जुगाद सच, है पी सच, नानक होसी पी सच। ते इस सच नू दृढ़ करवाया है दुनिया नू कि उस सच दे नाल साडा पक्का नाता जुड़े, दृढ़ कर लईए। विघन विनाशन सब दुख नाशन सतगुर नाम दृढ़ आया, जिन्हां दे अंदर ये नाम पक्का हो गया है उन्हां दे जीवन दे सारे विघन सारे खत्म हो गए, कलेश खत्म हो गए। विघन विनाशन सब दुख नाशन सतगुरु नाम दृढ़ाया, खोए पाप पए सब पावन, जन नानक सुख घर आया सहज घर। कहिंदे इत्थे जा के मनुख पूर्ण तौर ते सुखी हो जांदा है। फिर सतसंगी जनों फिर ढिल काहदी है कि असीं सुखी नहीं होना चाहुंदे? असीं सदीव कल सुखी तां ही हो सकदे हां जेकर धन गुरु नानक पातशाह दे इन्हां बचनां नूं मन के कमाउणा शुरू कर दईए। सो सतगुरु पातशाह कृपा कर रहे ने, सो गुर करो जे साच दड़ावै, अकथ कथावे शब्द मिलावै। उस अकथ दी कथा करावे, उस अकथ प्रभु दीआं गल्लां, भाव के असीं सिफत सलाह ते कर सकदे ना, भावें उह अकथ है, अकथ दा भाव के पूर्ण तौर ते नहीं दस्या जा सकदा कि परमात्मा की है, पूर्ण तौर ते नहीं। इस करके उसकी सिफत सलाह ते आपां कर सकदे आ ना, क्योंकि जिस नूं बख्शे सिफत सलाह नानक पातशाही पातशाह। ये प्रभु दीआं सिफतां करके वडियाई करके मनुख वडियाई वड्डा पाया, उत्थे तक वडियाई कर करके ही असीं पहुँच सकदे हाँ। अकथ कथावे शब्द मिलावै, हर के लोग अवन नहीं कारा। हर के लोग जिन्हां ने अपने मन विच ये हुण दृढ़ कर लिया है कि असीं अपने जीवन विच परमात्मा की प्राप्ति करनी है, हर के लोग ओ प्रभु दे प्यारे, उन्हां नूं फिर होर पाप के होर कोई भी जो कर्म कांड है फिर वो कर्म कांडां दे विच नहीं फसते, फिर वो सीधा कनैक्शन जोड़ते ने उस परमात्मा दे नाल, सुरत जोड़ते ने, ध्यान जोड़ते ने, प्रेम विच डुब के उस प्रभु दी याद विच जुड़ते ने। वो फिर होर कारा पाप के होर फिर कर्म कांड वो करते ही ने। हर के लोग अवर नहीं कारा, साचो ठाकुर साच प्यारा। साचो ठाकुर वो तो सच्चाई है, साचो ठाकुर ते साच प्यारा, जिन्हां ने गुरमुख जना ने उस प्रभु दे नाल प्रेम किया, उस दे नाम दे नाल प्रेम किया। हो कुरबाणी तेरियां सेवकां जिन हर नाम प्यारा। ते प्रभु जी होर साढ़े कोलों की भालदे ने, प्रेम ही तो भालदे ने, क्योंकि प्रेम का ही एक रस्ता है जिहड़ा प्रभु दे दर घर तक जाता है। प्रेम तो बिना नहीं, सतगुरु पातशाह ने एक प्रेम का मार्ग सानू दिता है।
ਤਨ ਮੈਂ ਮਨੁਆ ਮਨ ਮੈਂ ਸਾਚਾ। ਹੁਣ ਸਤਿਗੁਰੂ ਪਾਤਸ਼ਾਹ ਨੇ ਇਹ ਅਗੰਮ ਦੀਆਂ ਗੱਲਾਂ ਸਮਝਾਈਆਂ ਨੇ, ਤਤ ਦੀਆਂ ਗੱਲਾਂ ਸਮਝਾਈਆਂ ਨੇ ਕਿ ਇਹ ਬੰਦੇ ਤਨ ਮੈਂ ਮਨੁਆ ਕਿ ਇਸ ਤਨ ਦੇ ਅੰਦਰ ਮਨ ਹੈ। ਮਨ ਨੂੰ ਕਹਿੰਦੇ ਨੇ ਸੂਖਸ਼ਮ ਸਰੀਰ, ਤਨ ਨੂੰ ਕਹਿੰਦੇ ਨੇ ਸਥੂਲ ਸਰੀਰ। ਸਥੂਲ ਸਰੀਰ ਦੇ ਅੰਦਰ ਸੂਖਸ਼ਮ ਸਰੀਰ ਹੈ ਮਨ। ਤਨ ਮੈਂ ਮਨੁਆ ਮਨ ਮੈਂ ਸਾਚਾ, ਅਤੇ ਕਹਿੰਦੇ ਮਨ ਦੇ ਅੰਦਰ ਹੀ ਉਹ ਬੈਠਾ ਹੈ। ਆਹ ਗੱਲ ਸਮਝਣ ਯੋਗ ਹੈ ਕਿ ਤਨ ਦੇ ਅੰਦਰ ਮਨ ਹੈ, ਮਨ ਦੇ ਅੰਦਰ ਉਹ ਆਪ ਬੈਠਾ ਹੈ। ਤਨ ਤੋਂ ਚੱਲਣਾ ਹੈ, ਅਸੀਂ ਮਨ ਨੂੰ ਸਮਝਣਾ ਹੈ। ਜਿਹਨਾਂ ਨੇ ਮਨ ਨੂੰ ਸਮਝ ਲਿਆ ਉਹਨਾਂ ਦੇ ਅੰਦਰ ਫਿਰ ਪਰਮਾਤਮਾ ਦੀ ਜੋਤ ਜਗ ਗਈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਤਨ ਮੈਂ ਮਨੁਆ ਮਨ ਮੈਂ ਸਾਚਾ, ਸੋ ਸਾਚਾ ਮਿਲ ਸਾਚੇ ਰਾਜਾ। ਕਹਿੰਦੇ ਉਹ ਸਚਿਆਰ ਹੋ ਗਿਆ ਜਿਹੜਾ ਸੱਚੇ ਦੇ ਵਿੱਚ ਰਚ ਗਿਆ, ਜਿਹੜਾ ਲੀਨ ਹੋ ਗਿਆ, ਉਹ ਸਚਿਆਰ ਹੋ ਗਿਆ, ਉਸਦਾ ਜੀਵਨ ਸੱਚਾ ਹੋ ਗਿਆ। ਅਤੇ ਇਹ ਪੂਰਨ ਤੌਰ 'ਤੇ ਸਚਿਆਰ ਉਦੋਂ ਹੀ ਹੁੰਦਾ ਹੈ ਜਦੋਂ ਸਹਿਜ ਦੀ ਅਵਸਥਾ, ਕਿਉਂਕਿ ਅੱਜ ਧੰਨ ਗੁਰੂ ਨਾਨਕ ਪਾਤਸ਼ਾਹ ਸਹਿਜ ਦੀ ਅਵਸਥਾ ਦੀ ਹੀ ਗੱਲ ਕਰ ਰਹੇ ਨੇ ਕਿ ਗੁਰਸਿੱਖੋ ਸਹਿਜ ਦੀ ਅਵਸਥਾ ਪ੍ਰਾਪਤ ਕਰੋ। ਅਤੇ ਉਹ ਕਿਵੇਂ ਕਰ ਸਕਦੇ ਹੋ, ਉਹ ਧੰਨ ਗੁਰੂ ਨਾਨਕ ਪਾਤਸ਼ਾਹ ਬੜੇ ਪਿਆਰ ਦੇ ਨਾਲ ਸਮਝਾ ਰਹੇ ਨੇ। ਸੋ ਸਾਚਾ ਮਿਲ ਸਾਚੇ ਰਾਚਾ, ਸੇਵਕ ਪ੍ਰਭ ਕੈ ਲਾਗੈ ਪਾਏ। ਸੇਵਕ ਕੌਣ ਨੇ? ਜਿਹੜੇ ਸੇਵਾ ਕਰਦੇ ਨੇ। ਅਤੇ ਸਤਸੰਗੀ ਜਨੋ, ਇਹ ਆਪਣੇ ਮਨ ਦੇ ਅੰਦਰ ਝਾਤੀ ਮਾਰ ਕੇ ਦੇਖੋ ਕਿ ਵਾਕਈ ਅਸੀਂ ਸੇਵਕ ਹਾਂ, ਸੇਵਾ ਕਰਦੇ ਹਾਂ। ਪਰ ਸਤਸੰਗੀ ਜਨੋ, ਕਦੇ ਕਦਾਈ ਕੋਈ ਆਉਂਦਾ ਹੈ ਸੇਵਾ ਕਰਨ? ਬਾਕੀ ਤਾਂ ਅਜੇ ਤੱਕ ਸੁਣਦੇ ਹੀ ਹੈ, ਪਤਾ ਨਹੀਂ ਕਿ ਉਹ ਸੋਚਦੇ ਨੇ ਕਿ ਗੱਲਾਂ ਸੱਚੀਆਂ ਵੀ ਹੈ ਕਿ ਨਹੀਂ ਸੱਚੀਆਂ। ਇਸ ਕਰਕੇ ਜਦੋਂ ਮਨ ਦੇ ਅੰਦਰ ਦ੍ਰਿੜਤਾ ਦੇ ਨਾਲ ਸਾਨੂੰ ਪਤਾ ਲੱਗ ਜਾਏਗਾ ਕਿ ਇਹੀ ਰੱਬੀ ਬਾਣੀ ਹੈ ਜੋ ਸਾਨੂੰ ਪਰਮਾਤਮਾ ਤੱਕ ਲੈ ਕੇ ਜਾਵੇਗੀ, ਉਹ ਫਿਰ ਸੇਵਾ ਕਰਨ ਤੋਂ ਪਿੱਛੇ ਨਹੀਂ ਹਟਣਗੇ। ਇਹ ਗਰੰਟੀ ਹੈ। ਗੁਰੂ ਪਾਤਸ਼ਾਹ ਕਹਿ ਰਹੇ ਨੇ ਸੇਵਕ ਪ੍ਰਭ ਕਹਿ ਲਾਗੈ ਪਾਏ। ਅਤੇ ਸੇਵਾ ਕਰ ਕਰਕੇ ਉਹ ਫਿਰ ਪ੍ਰਭੂ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਨੇ। ਉਹਨਾਂ ਦੇ ਮਨ ਦੇ ਵਿੱਚ ਇੱਕ ਐਸੀ ਭਾਵਨਾ ਬਣ ਜਾਂਦੀ ਹੈ ਕਿ ਇਹ ਸਤਿਗੁਰੂ ਕਿਰਪਾ ਕਰੋ, ਮੈਨੂੰ ਉਸ ਪਰਮਾਤਮਾ ਦੇ ਨਾਲ ਮਿਲਾ ਦਿਓ। ਅਤੇ ਸਤਸੰਗੀ ਜਨੋ, ਕੋਈ ਸ਼ੱਕ ਹੈ ਇਹਦੇ ਵਿੱਚ? ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ। ਪ੍ਰਭੂ ਤੋਂ ਵਿਛੜੇ ਹੋਏ ਹਨ, ਅਤੇ ਐਸਾ ਸਤਿਗੁਰੂ ਜੋ ਸਾਨੂੰ ਉਸ ਪ੍ਰਭੂ ਦੇ ਨਾਲ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸਤਿਗੁਰੂ ਪਾਤਸ਼ਾਹ। ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ। ਹਰ ਦਰਗਹਿ ਕਾ ਵਸੀਠ, ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹੋਵੇਂ ਰੋਗ। ਨਾਨਕ ਸਤਿਗੁਰ ਤਿੰਨਾਂ ਮਿਲਾਇਆ, ਜਿਨ੍ਹਾਂ ਤੁਰੇ ਪਿਆ ਸੰਜੋਗ। ਵਿਜੋਗ ਦੇ ਕਾਰ ਚਲਾਵੇ, ਲੇਖੇ ਆਵੇ ਭਾਗ। ਸਤਸੰਗੀ ਜਨੋ, ਇਹ ਹੈ ਜੀਵਨ ਦਾ ਅਸਲੀ ਲਾਹਾ। ਜਿਨ੍ਹਾਂ ਨੇ ਖੱਟਣਾ ਹੈ ਖੱਟ ਸਕਦੇ ਨੇ, ਸਾਰੇ ਖੱਟੋ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਸਾਰੇ ਇਹ ਲਾਹਾ ਖੱਟ ਲਓ, ਜਪ ਮਨ ਰਾਮ ਨਾਮ ਹਰ ਲਾਹਾ, ਇਹ ਲਾਹਾ ਲੈ ਲਓ। ਸੋ ਸੇਵਕ ਪ੍ਰਭ ਕਹਿ ਲਾਗੇ ਪਾਏ, ਸਤਿਗੁਰ ਪੂਰਾ ਮਿਲੇ ਮਿਲਾਏ। ਪੂਰਨ ਸਤਿਗੁਰੂ ਦੇ ਦੁਆਰਾ ਹੀ ਮਨੁੱਖ ਸੰਪੂਰਨ ਹੋ ਸਕਦਾ ਹੈ, ਪੂਰਾ ਹੀ ਸਾਨੂੰ ਸੰਪੂਰਨ ਕਰ ਸਕਦਾ ਹੈ। ਪੂਰਾ ਪ੍ਰਭ ਅਰਾਧਿਆ, ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਫਿਰ ਸਤਸੰਗੀ ਜਨੋ, ਕੀ ਅਸੀਂ ਸੰਪੂਰਨ ਹੋਣਾ ਚਾਹੁੰਦੇ ਹਾਂ? ਜੇ ਚਾਹੁੰਦੇ ਹਾਂ ਤਾਂ ਫਿਰ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਇਸ ਗਿਆਨ ਭਰਪੂਰ ਗੱਲ ਨੂੰ ਸਾਨੂੰ ਮੰਨ ਲੈਣਾ ਚਾਹੀਦਾ ਹੈ। ਆਪ ਦਿਖਾਵੇ ਆਪੇ ਦੇਖੈ। ਹੁਣ ਜਿਨ੍ਹਾਂ ਨੇ ਆਪ ਪ੍ਰਭੂ ਦੇ ਦਰਸ਼ਨ ਕੀਤੇ ਨੇ, ਉਹ ਸਾਨੂੰ ਵੀ ਕਰਵਾ ਸਕਦੇ ਨੇ, ਘਰ ਮੈਂ ਘਰ ਦਿਖਾਏ ਦੇ। ਸੋ ਸਤਿਗੁਰ ਪੁਰਖ ਸਜਾਣ, ਪੰਜ ਸ਼ਬਦ ਤੁਨਕਾਰ ਤੁਨ ਤੈ ਵਾਜੇ ਸ਼ਬਦ ਨਿਸ਼ਾਨ, ਧੰਨ ਗੁਰੂ ਨਾਨਕ ਪਾਤਸ਼ਾਹ। ਇਹ ਦੁਨੀਆ ਨੂੰ ਦਿਖਾਉਣ ਵਾਸਤੇ ਹੀ ਆਏ ਨੇ, ਧੰਨ ਗੁਰੂ ਨਾਨਕ ਪਾਤਸ਼ਾਹ। ਅਤੇ ਇਸ ਬਾਣੀ ਦੇ ਦੁਆਰਾ ਹੀ ਮਨੁੱਖ ਨੂੰ ਪ੍ਰਭੂ ਤੱਕ ਲੈ ਕੇ ਜਾਂਦੇ ਨੇ। ਅਤੇ ਉਹ ਬਾਣੀ ਅੱਜ ਵੀ ਸਾਡੇ ਕੋਲ ਉਹੀ ਬਾਣੀ ਹੈ। ਇਸ ਬਾਣੀ ਦੇ ਗਿਆਨ ਦੁਆਰਾ ਹੀ ਕੋਈ ਸੰਪੂਰਨ ਹੋ ਸਕਦਾ ਹੈ। ਹੱਠ ਨਾ ਪਤੀ ਜੇ ਨਾ ਬਹੁ ਭੇਖੈ। ਅਤੇ ਹੁਣ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੇ ਹੱਠ ਕਰਦੇ ਨੇ, ਜਿਹੜੇ
प्रेम भी होने ने ते हठ करदे ने ओ सठ विच प्रेम नहीं हठ ना भतीजे फिर कहिंदे के परमात्मा दी उह रहमत कदे प्राप्त नहीं कर सकदे क्योंकि मन हठ किने ना पायो सब थके कर्म कमाए। हठ करना है पर प्रेम तो भी होना हठ नहीं होना चाहिदा फिर वह किसी काम का नहीं हो। प्रेम दे विच भिज के कहिंदे के हठ नहीं करना हठ ना भतीजे ना बहु भेखे ना कोई भेख बनाउणे ने क्योंकि मनुख अज भेखा दे विच किसे नू भी वेखदा है किसे ने दुनिया दे नालो वक्खरे जिहे कपड़े पाए होण ते असीं समझदे हां कि इहदे वर्गा संत ही कोई नहीं क्योंकि साढ़े कोल कसवटी कोई नहीं सच की कसवटी कोई नहीं साढ़े कोल वस्त्रां की कसवटी है कि गेरू रंगे कपड़े पाए ने भावें गुरु पातशाह ने समझा दिता कि जोग ना भगवी कपड़ी जोग ना मैले वेस नानक घर बैठे हाँ जोग पाइए सतगुर के उपदेश पर फिर भी असी वेखते हाँ किसी ने गेरू रंगे कपड़े पाए ने तो असी कहने ये है संत। साड़ी कसवटी सिर्फ वस्त्रां तक है पर गुरु पातशाह कहिंदे कि नहीं ना बहु भेखे कहिंदे भेखां दे विच नहीं है। घर भांडे जिन अमृत पाया कहिंदे जिस परमात्मा ने यह भांडे घड़े ने ते इन्हां इस भांडे दे अंदर ही परमात्मा ने अमृत रखिया है। मनुख जन्म दे समय ही वह परमात्मा ने नानक अमृत एक है दूजा अमृत नाहे नानक अमृत मने माहे पाइए गुर प्रसाद है ते प्रभु ने सारा अमृत तेरे अंदर रखिया है पर गुरु की कृपा द्वारा अंदरों प्रगट होवेगा। कड़ पांडे जिन अमृत पाया प्रेम भगत प्रभ मन पते आया। प्रेम भगत जिन्होंने प्रेमा भगती की है और जितने भी भगत जन ने जितने भी गुरसिख संपूर्ण होए ने उन्होंने प्रेमा भगती ही की है हठ दे नाल नहीं। बिना प्रेम तो मनुख का हठ भी किसी काम नहीं हो। प्रेमा भगती प्रेम भगत के कारण कौरव दास चमार जिन्होंने प्रेमा भगती की है उन्होंने प्रेम का ही संदेश दिता है। प्रेम भगत प्रभ मन पते आया पड़ पड़ भूले चोटा खाहे। मनुख कहिंदा मैं बहुत पढ़िया लिखिया है पर आत्मक ज्ञान तो बिना वह चोटा ही खाता है। कितना भी दुनिया में विद्वान होवे मन्या परमन्या विद्वान होवे जिसने बहुत सारी दुनियावी पढ़ाई की होवे ग्रंथ पढ़े होण गुरु पातशाह कहिंदे जे उसके कोल आत्मक ज्ञान नहीं तो पढ़िया मूर्ख आखिए जिस लभ लोभ हंकारा। आत्मक ज्ञान की सोझी प्राप्त कर की है जिन्ह ने वो चाहे पढ़े सन तो चाहे अनपढ़ सन जो प्राणी गोबिंद त्यावै पढ़िया अनपढ़िया परमगत पावे। इत्थे दुनियावी पढ़ाई की लोड़ नहीं इत्थे तो आत्मक ज्ञान की पढ़ाई सतगुरु करवा रहे हैं जिन्होंने ये पढ़ ली तो जिन्होंने इस ढंग दे नाल प्रभु का सिमरन कर लिया आत्मक ज्ञान की सोझी प्राप्त करने वास्ते सानू जीवन मिलिया है। पढ़ पढ़ भूले चोटा खाहे बहुत सियाणप आवह जाए कहिंदे ओ पढ़ पढ़ के भावें कितने भी सियाणप सियाणे हो जाण क्योंकि पढ़िया लिखा मनुख अक्सर हंकारी हो जाता है कि मैं तो दुनिया से बहुत पढ़ाई कर रही है मेरे कोल ते बहुत डिग्रियां ने पर गुरु नानक पातशाह कहिंदे ने जे आत्मक ज्ञान दी तेरे कोल डिग्री नहीं तो सब डिग्रियां फेल ही है। वो डिग्रियां दी कीमत तां है जे आत्मक ज्ञान दी डिग्री प्राप्त कर लवे बहुत सियाणप मनुख कहिंदा मैं बहुत सियाणा है तो सह सियाणप लख होए तो एक न चले नाल ते सतगुरु ने कृपा की है कि ऐ बंदे जे तू विद्वान बन भी गया है तो आत्मक ज्ञान की सोझी प्राप्त कर नहीं तो आवे जाए नहीं तो जन्म मरण तेरा खत्म नहीं होवेगा। नाम जपे पाओ भोजन खाए जेडे नाम जप जप के पाओ कहिंदे ने निर्मल पाओ प्रेम का भोजन खाए भोजन खाते ने यही असली भोजन है जिहड़ा आत्मक ज्ञान की सोझी करवाउंदा है। तृप्त भई सच भोजन खाया
ਮਨ ਤਨ ਰਸਨਾ ਨਾਮ ਤੇ ਆਇਆ। ਹੁਣ ਸਤਸੰਗੀ ਜਨੋਂ ਵੇਖੋ ਤੇ ਇਹ ਭੋਜਨ ਅਸੀਂ ਛਕਦੇ ਹਾਂ। ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਸਰਬ ਵੇਲਾ ਮੁਖ ਪਾਵੋ, ਜਰਾ ਮਰਾ ਤਾਪ ਸਰ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵੋ। ਜੇ ਕੋ ਖਾਵੈ ਜੇ ਕੋ ਪੁੰਚੈ, ਜੇ ਇਹਨੂੰ ਕੋਈ ਖਾ ਲਵੇ, ਖਾ ਕੇ ਫਿਰ ਪਚਾ ਲਵੇ। ਸਤਸੰਗੀ ਜੀ ਨੂੰ ਬੜਾ ਔਖਾ ਹੈ ਪਚਾਉਣਾ। ਇਉਂ ਸਮਝ ਲਈਏ ਕਿ ਦੁੱਧ ਤਾਂ ਹਰੇਕ ਮਨੁੱਖ ਪੀ ਲੈਂਦਾ ਹੈ, ਲੇਕਿਨ ਜੇ ਕਿਸੇ ਨੂੰ ਆਖੇ ਘਿਓ ਪੀ ਲੈ, ਉਹ ਤਾਂ ਫਿਰ ਕੋਈ ਸੂਰਮਾ ਹੀ ਪੀਂਦਾ ਹੈ। ਜੇ ਕਹੀਏ ਕਿ ਕਰਮ ਕਾਂਡ ਕਰ, ਉਹ ਤਾਂ ਸਾਰੇ ਹੀ ਕਰ ਲੈਂਦੇ ਨੇ। ਅਤੇ ਜੇ ਆਖੀਏ ਕਿ ਇਹ ਜੋ ਅਧਿਆਤਮਿਕ ਗਿਆਨ ਹੈ ਇਹ ਪ੍ਰਾਪਤ ਕਰ, ਫਿਰ ਬੜੀ ਮੁਸ਼ਕਲ ਹੈ। ਇਸ ਕਰਕੇ ਸਤਸੰਗੀ ਜੀ ਨੂੰ ਇਹ ਹੈ ਤੱਤ ਦਾ ਗਿਆਨ, ਘਿਓ ਦੀ ਗੱਲ ਜੋ ਸਤਿਗੁਰੂ ਨੇ ਸਾਨੂੰ ਸਮਝਾਈ ਹੈ। ਅਤੇ ਆਪਾਂ ਵੀ ਵੇਖਦੇ ਹਾਂ ਕਿ ਦੁੱਧ ਸਾਰੇ ਪੀ ਸਕਦੇ ਨੇ, ਕਰਮ ਕਾਂਡ ਸਾਰੇ ਹੀ ਕਰ ਸਕਦੇ ਨੇ, ਪਰ ਘਿਓ ਪੀਣਾ ਬੜਾ ਔਖਾ ਹੈ। ਇਹ ਅੰਮ੍ਰਿਤ ਰਸ ਜੋ ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਬਣਦੇ ਨੇ, ਇਸ ਨੂੰ ਕੋਈ ਕੋਈ ਪੀਂਦਾ ਹੈ, ਕੋਈ ਕੋਈ ਗ੍ਰਹਿਣ ਕਰਦਾ ਹੈ। ਨਾਮ ਜਪੇ ਪਹੁ ਭੋਜਨ ਖਾਏ, ਗੁਰਮੁਖ ਸੇਵਕ ਰਹੇ ਸਮਾਏ। ਤਾਂ ਗੁਰਮੁਖ ਜਨ ਉਹ ਸੇਵਾ ਕਰ ਕਰਕੇ ਉਹ ਪ੍ਰਭੂ ਦੇ ਵਿੱਚ ਸਮਾ ਜਾਂਦੇ ਨੇ, ਕਿਉਂਕਿ ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਉਹ ਸੇਵਾ ਕਰ ਕਰਕੇ ਪ੍ਰਭੂ ਦੇ ਪਿਆਰ ਵਿੱਚ ਇਤਨੇ ਡੁੱਬ ਜਾਂਦੇ ਨੇ ਕਿ ਉਹ ਸਹਿਜ ਦੀ ਅਵਸਥਾ ਪ੍ਰਾਪਤ ਕਰ ਲੈਂਦੇ ਨੇ। ਪੂਜ ਸਿਲਾ ਤੀਰਥ ਬਨਵਾਸਾ, ਪਰ ਨਹੀਂ ਲੋਕ ਕਿੱਥੇ ਹਟਦੇ ਆ। ਗੁਰੂ ਨਾਨਕ ਪਾਤਸ਼ਾਹ ਨੇ ਆਣ ਕੇ ਵੇਖਿਆ ਦੁਨੀਆ ਦੇ ਵੀ ਲੋਕ ਕਰਮ ਕਾਂਡ ਕਰਦੇ ਆ, ਨੂੰ ਪੱਥਰਾਂ ਦੀ ਪੂਜਾ ਕਰਦੇ ਨੇ। ਗੁਰੂ ਪਾਤਸ਼ਾਹ ਨੇ ਰੋਕਿਆ, ਪਰ ਅਸੀਂ ਅੱਜ ਵੀ ਕਰੀ ਜਾ ਰਹੇ ਹਾਂ, ਨਵੀਆਂ ਨਵੀਆਂ ਮੂਰਤੀਆਂ ਬਣਾਈ ਜਾ ਰਹੇ ਹਾਂ। ਕੋਈ ਕਾਗਜ਼ਾਂ ਦੀ ਮੂਰਤੀ ਨੂੰ ਪੂਜੀ ਜਾਂਦਾ ਹੈ, ਕੋਈ ਪੱਥਰਾਂ ਦੀ ਮੂਰਤੀ ਨੂੰ ਪੂਜੀ ਜਾਂਦਾ ਹੈ, ਕਿਉਂਕਿ ਅਸੀਂ ਗੁਰਬਾਣੀ ਨੂੰ ਸਮਝਿਆ ਨਹੀਂ। ਜੇਕਰ ਅਸੀਂ ਸਮਝਿਆ ਵੀ ਹੈ, ਫਿਰ ਉਸ 'ਤੇ ਇਤਬਾਰ ਨਹੀਂ ਕੀਤਾ। ਹੁਣ ਪੱਥਰ ਦੀ ਮੂਰਤੀ ਬਣੀ ਹੋਵੇ ਤਾਂ ਉੱਥੇ ਲੋਕ ਮੱਥਾ ਟੇਕੀ ਜਾਂਦੇ ਨੇ, ਕੋਈ ਸੋਨੇ ਦੇ ਹਾਰ ਲਿਆ ਕੇ ਚਾੜੀ ਜਾਂਦਾ ਹੈ। ਗੁਰੂ ਪਿਆਰਿਓ, ਅਤੇ ਕਿਤਨਾ ਚੰਗਾ ਹੋਵੇ ਉਹ ਪੱਥਰ ਦੀ ਮੂਰਤੀ ਵਿੱਚ ਸੋਨੇ ਦੇ ਹਾਰ ਪਾਉਣ ਦੀ ਬਜਾਏ ਅਸੀਂ ਗੁਰੂ ਦੀ ਸੇਵਾ ਕਰ ਲਈਏ, ਅਸੀਂ ਕਿਸੇ ਮਨੁੱਖ ਦੀ ਸੇਵਾ ਕਰ ਲਈਏ। ਪੂਜ ਸਿਲਾ, ਸਿਲਾ ਕਹਿੰਦੇ ਨੇ ਪੱਥਰ ਨੂੰ, ਜੋ ਪਾਥਰ ਕੋ ਕਹਿਤੇ ਦੇਵ ਇਸ ਕੀ ਬਿਰਥਾ ਹੋਵਤ ਸੇਵ। ਕਹਿੰਦੇ ਕਰ ਲਓ ਜਿੰਨੀ ਮਰਜ਼ੀ ਪੱਥਰਾਂ ਦੀ ਸੇਵਾ, ਵਿਅਰਥ ਹੀ ਹੈ, ਪਰ ਮਨੁੱਖ ਕਿੱਥੇ ਟਲਦਾ ਹੈ, ਨਹੀਂ ਹਟਦਾ। ਜੋ ਪਾਥਰ ਕੋ ਕਹਿਤੇ ਦੇਵ ਇਸ ਕੀ ਬਿਰਥਾ ਹੋਵਤ ਸੇਵ, ਜੋ ਪਾਥਰ ਕੀ ਪਾਈ ਪਾਏ ਇਸ ਕੀ ਘਾਲ ਅਜਾਈ ਜਾਏ। ਜਿੰਨੀ ਮਰਜ਼ੀ ਮਿਹਨਤ ਤੂੰ ਕਰ ਲੈ, ਜਿੰਨੀ ਮਰਜ਼ੀ ਕਰਮ ਕਾਂਡ ਕਰ ਲੈ, ਕੋਈ ਫਾਇਦਾ ਨਹੀਂ। ਪੂਜ ਸਿਲਾ ਤੀਰਥ ਬਨ ਵਾਸਾ, ਕੋਈ ਤੀਰਥਾਂ 'ਤੇ ਜਾ ਕੇ ਵਸ ਗਏ ਨੇ, ਕੋਈ ਬਨਵਾਸ ਭਾਵ ਕੇ ਕੋਈ ਜੰਗਲਾਂ ਵਿੱਚ ਜਾ ਕੇ ਬੈਠ ਗਏ ਨੇ। ਪਰਮਤ ਡੋਲਤ ਪਏ ਉਦਾਸਾ, ਉਹ ਉਦਾਸੀ ਹੋ ਕੇ ਜੰਗਲਾਂ ਦੇ ਵਿੱਚ ਭਟਕਦੇ ਹੀ ਪਏ ਨੇ। ਮਨ ਮੈਲੇ ਸੂਚਾ ਕਿਉਂ ਹੋਏ, ਕਹਿੰਦੇ ਮਨ ਮੈਲੇ, ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ। ਜੇ ਕੋਈ ਮਨੁੱਖ ਕਹੇ ਇਸ਼ਨਾਨ ਕਰਕੇ ਕਿ ਮੈਂ ਨਿਰਮਲ ਹੋ ਗਿਆ, ਮੈਂ ਪਵਿੱਤਰ ਹੋ ਗਿਆ, ਗੁਰੂ ਪਾਤਸ਼ਾਹ ਕਹਿੰਦੇ ਅਸਲ ਵਿੱਚ ਮਨ ਨੂੰ ਪਵਿੱਤਰ ਕਰਨਾ ਸੀ, ਉਹ ਤੂੰ ਕੀਤਾ ਹੀ ਨਹੀਂ। ਅੰਤਰ ਮੈਲ ਜੇ ਤੀਰਥ ਨਹਾਵੇ, ਇਸੇ ਵਿਕੁੰਠ ਨਾ ਜਾਣਾ, ਲੋਕ ਪਤੀਣੇ ਕਛੂ ਨਾ ਹੋਵੇ, ਨਹੀਂ ਰਾਮ ਇਆਣਾ। ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਹਾਵਣ ਗੁਰ ਕੀ ਸੇਵਾ, ਸਾਚਾ ਨਹਾਵਣ ਗੁਰ ਕੀ ਸੇਵਾ। ਅਤੇ ਇਹ ਅਸੀਂ ਸੱਚੇ ਤੀਰਥ 'ਤੇ ਕਿਤਨਾ ਕੁ ਇਸ਼ਨਾਨ ਕਰਦੇ ਹਾਂ, ਕਿਤਨੀ ਕੁ ਸੇਵਾ ਕਰਦੇ ਹਾਂ। ਸਤਸੰਗੀ ਜੀ ਨੂੰ ਚਾਹੇ ਇਸ ਗੱਲ ਨੂੰ ਅੱਜ ਸਮਝ ਲਓ, ਚਾਹੇ ਕੱਲ੍ਹ ਸਮਝ ਲਓ, ਜੋ ਧਾਰਮਿਕ ਤੌਰ 'ਤੇ ਜਿਨ੍ਹਾਂ ਨੇ ਧਰਮ ਕਮਾਉਣਾ ਹੈ, ਗੱਲ ਸੇਵਾ ਤੋਂ ਹੀ ਸ਼ੁਰੂ ਹੋਣੀ ਹੈ, ਚਾਹੇ ਇਸ ਗੱਲ ਨੂੰ ਮੰਨੋ ਜਾਂ ਨਾ ਮੰਨੋ, ਕਿਉਂਕਿ ਇਹ ਗੱਲਾਂ ਤਾਂ ਸੇਵਾ ਦੀਆਂ ਰੋਜ਼ ਹੀ ਹੁੰਦੀਆਂ ਨੇ, ਪਰ ਦਾਸ ਤੱਕ ਕਿਸੇ ਵੀ ਪਰਿਵਾਰ ਦਾ ਨਾਮ ਨਹੀਂ ਪਹੁੰਚਿਆ ਕਿ ਅੱਜ ਇਸ ਪਰਿਵਾਰ ਵੱਲੋਂ ਪਾਵਨ ਪਵਿੱਤਰ ਹੁਕਮਨਾਮੇ ਦੀ ਸੇਵਾ ਹੈ, ਇਸ ਪਰਿਵਾਰ ਵੱਲੋਂ ਅੱਜ ਦੁਨੀਆ ਨੂੰ ਇਹ
ਸ਼ਬਦ ਦਾ ਲੰਗਰ ਵਰਤਾਇਆ ਜਾਵੇਗਾ। ਇਹ ਹੁਣ ਸੰਗਤਾਂ ਆਪ ਖੁਦ ਜਾਣਦੀਆਂ ਨੇ ਕਿ ਕਿਉਂ ਨਹੀਂ ਅਸੀਂ ਸਤਿਗੁਰੂ ਪਾਤਸ਼ਾਹ ਦੇ ਇਹਨਾਂ ਬਚਨਾਂ ਨੂੰ ਅਸੀਂ ਮੰਨ ਰਹੇ। ਮਨ ਮੈਲੇ ਸੁੱਚਾ ਕਿਉਂ ਹੋਏ, ਸੱਚ ਮਿਲੇ ਪਾਵੇ ਪਤ ਸੋਏ। ਕਹਿੰਦੇ ਸੱਚੇ ਦੇ ਮਿਲਣ ਦੇ ਨਾਲ ਹੀ ਮਨੁੱਖ ਦੀ ਇੱਜ਼ਤ, ਮਾਣ, ਮਰਯਾਦਾ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਇੱਜ਼ਤ ਬਣਦੀ ਹੈ। ਆਚਾਰਾ ਵਿਚਾਰ ਸਰੀਰ, ਮਨੁੱਖ ਦਾ ਆਚਰਣ ਠੀਕ ਹੋਵੇ, ਫਿਰ ਵਿਚਾਰ ਸ਼ੁੱਧ ਹੋਣ, ਫਿਰ ਇਹਦਾ ਮਨ ਵੀ ਨਿਰਮਲ ਹੈ ਅਤੇ ਇਸਦਾ ਤਨ ਵੀ ਨਿਰਮਲ ਹੈ। ਆਦਿ ਜੁਗਾਦ ਸਹਿਜ ਮਨ ਧੀਰ, ਆਦਿ ਜੁਗਾਦ ਸ਼ੁਰੂ ਤੋਂ ਲੈ ਕੇ ਅਤੇ ਯੁੱਗਾਂ ਦੇ ਵਿੱਚ ਵੀ ਹੁਣ ਵੀ ਸਤਿਗੁਰੂ ਪਾਤਸ਼ਾਹ ਕਹਿੰਦੇ ਸਹਿਜ ਮਨ, ਜਿਨ੍ਹਾਂ ਦਾ ਮਨ ਸਹਿਜ ਅਵਸਥਾ ਤੱਕ ਪਹੁੰਚ ਗਿਆ ਹੈ, ਧੀਰਜ ਉਹਨਾਂ ਦੇ ਮਨ ਨੂੰ ਹੀ ਆਇਆ ਹੈ ਅਤੇ ਜਿਨ੍ਹਾਂ ਨੇ ਇਸ ਢੰਗ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਹੁਕਮ ਨੂੰ ਮੰਨ ਲਿਆ। ਪਲ ਪੰਕਜ ਮੈਂ ਕੋਟ ਉਧਾਰੇ, ਪਲ ਪੰਕਜ ਭਾਵ ਇੱਕ ਅੱਖ ਦੇ ਫੋਰ ਦੇ ਨਾਲ ਹੀ ਪ੍ਰਭੂ ਜੀ ਕਰੋੜਾਂ ਮਨੁੱਖਾਂ ਦਾ ਭਲਾ ਕਰਦੇ ਨੇ, ਕਰੋੜਾਂ ਦਾ ਹੀ ਕੋਟ ਉਧਾਰੇ। ਸੋ ਸਤਸੰਗੀ ਜਨੋ, ਤਾਂ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਇਸ ਗਿਆਨ ਭਰਪੂਰ ਗੱਲ ਨੂੰ ਸਾਨੂੰ ਬਹੁਤ ਜਲਦੀ ਮੰਨ ਲੈਣਾ ਚਾਹੀਦਾ ਹੈ, ਇਹਦੇ ਵਿੱਚ ਹੀ ਸਾਡਾ ਭਲਾ ਹੈ। ਪਲ ਪੰਕਜ ਮੈਂ ਕੋਟ ਉਧਾਰੇ, ਕਰ ਕਿਰਪਾ ਗੁਰਮੇਲ ਪਿਆਰੇ। ਐ ਪ੍ਰਭੂ ਜੀ ਕਿਰਪਾ ਕਰੋ, ਮੈਨੂੰ ਐਸਾ ਗੁਰੂ ਮਿਲੇ, ਕਿਉਂਕਿ ਪਰਮਾਤਮਾ ਦੀ ਕਿਰਪਾ ਦੁਆਰਾ ਐਸਾ ਗੁਰੂ ਮਿਲਿਆ ਹੈ ਅਤੇ ਗੁਰੂ ਦੇ ਬਖਸ਼ਿਸ਼ ਕੀਤੇ ਹੋਏ ਗਿਆਨ ਦੁਆਰਾ ਫਿਰ ਪ੍ਰਭੂ ਮਿਲਦਾ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਤਾਂ ਹੋਵੇ ਸਾਧੂ ਸੰਗ, ਉਸ ਅਕਾਲ ਪੁਰਖ ਦੀ ਬਖਸ਼ਿਸ਼ ਹੁੰਦੀ ਹੈ, ਫਿਰ ਮਨੁੱਖ ਇਸ ਸਾਧ ਸੰਗ ਦੇ ਵਿੱਚ ਜੁੜ ਬੈਠਦਾ ਹੈ। ਸਤਸੰਗੀ ਜਨੋ, ਇਹ ਨਹੀਂ ਕਿ ਜਿੱਥੇ ਬਹੁਤਾਤ ਵਿੱਚ ਦੁਨੀਆ ਕੱਟੀ ਹੋਵੇ ਉਹ ਹੀ ਸਾਧ ਸੰਗਤ ਹੈ। ਅਗਰ ਆਪ ਆਪਣੇ ਹੀ ਗ੍ਰਹਿ ਵਿੱਚ ਬੈਠ ਕੇ ਉਸ ਪ੍ਰਭੂ ਦੇ ਧਿਆਨ ਵਿੱਚ ਜੁੜ ਬੈਠੇ ਹੋ, ਕਿਉਂਕਿ ਇਹ ਇੱਕ ਮਹਾਨ ਸਤਸੰਗ ਹੈ। ਦਾਸ ਭਾਵੇਂ ਸਟੂਡੀਓ ਵਿੱਚੋਂ ਬੋਲ ਰਿਹਾ ਹੈ, ਪਰ ਇਹ ਸਾਰੇ ਵਰਲਡ 'ਤੇ ਆਵਾਜ਼ ਜਾ ਰਹੀ ਹੈ। ਸਾਡੇ ਨਾਲ ਪਤਾ ਨਹੀਂ ਕਿਤਨੇ ਕੁ ਪ੍ਰਭੂ ਦੇ ਪਿਆਰੇ ਜੁੜ ਬੈਠੇ ਨੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਹੈ, ਕਰ ਕਿਰਪਾ ਗੁਰਮੇਲ ਪਿਆਰੇ। ਕਿਸ ਅੱਗੇ ਪ੍ਰਭ ਤੋਂ ਦਸਲਾਹੀ, ਐ ਪ੍ਰਭੂ ਜੀ ਮੈਂ ਕਿਹਦੇ ਅੱਗੇ ਤੇਰੀ ਸਿਫਤ ਸਲਾਹ ਕਰਾਂ, ਕਿਉਂਕਿ ਹਰ ਪਾਸੇ ਤਾਂ ਤੂੰ ਹੀ ਤੂੰ ਹੈ। ਉਸ ਪ੍ਰਭੂ ਤੋਂ ਬਿਨਾਂ ਕੁਝ ਵੀ ਨਹੀਂ ਹੈ। ਪਰ ਇਹ ਸਾਡੀ ਸਮਝ ਵਿੱਚ ਉਦੋਂ ਹੀ ਆਵੇਗਾ ਜਦੋਂ ਅਸੀਂ ਸਹਿਜ ਦੀ ਅਵਸਥਾ ਪ੍ਰਾਪਤ ਕਰ ਲਵਾਂਗੇ, ਉਸ ਤੋਂ ਪਹਿਲਾਂ ਨਹੀਂ। ਉਸ ਤੋਂ ਪਹਿਲਾਂ ਸਾਡੇ ਮਨ ਦੇ ਵਿੱਚ ਪਤਾ ਨਹੀਂ ਕਿਤਨੇ ਕੁ ਵਿਤਕਰੇ ਨੇ, ਇੱਕ ਦੂਸਰੇ ਦੇ ਨਾਲ ਈਰਖਾ ਹੈ, ਅਤੇ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਦੁਆਰਾ ਸਭਨਾਂ ਨੂੰ ਇਹ ਸਹਿਜ ਦੀ ਅਵਸਥਾ ਪ੍ਰਾਪਤ ਹੋਵੇ, ਫਿਰ ਸਾਡੀਆਂ ਅੱਖਾਂ ਖੁੱਲ੍ਹਣਗੀਆਂ ਕਿ ਅਸੀਂ ਕਿਸ ਨੂੰ ਮਾੜਾ ਕਹਿੰਦੇ ਸੀ, ਬੁਰਾ ਭਲਾ ਕਹੋ ਕਿਸ ਨੂੰ ਕਹੀਏ, ਸਗਲੇ ਜੀਤ ਮਾਰੇ। ਕਿਸ ਅੱਗੇ ਪ੍ਰਭ ਤੁਧ ਸਲਾਹੀ, ਤੁਧ ਬਿਨ ਦੂਜਾ ਮੈਂ ਕੋ ਨਾਹੀ। ਹੁਣ ਇਸ ਅਵਸਥਾ ਵਿੱਚ ਜਾ ਕੇ ਮਨੁੱਖ ਨੂੰ ਪਤਾ ਲੱਗਾ ਕਿ ਜਿਹੜਾ ਮੇਰੇ ਅੰਦਰ ਵਸਿਆ ਹੋਇਆ ਪਰਮਾਤਮਾ ਹੈ ਉਹ ਤਾਂ ਸਭਨਾਂ ਦੇ ਵਿੱਚ ਵਸਿਆ ਹੋਇਆ ਹੈ, ਉਹ ਤਾਂ ਸਾਰੀ ਦੁਨੀਆ ਦੇ ਵਿੱਚ ਹੀ ਵਸਿਆ ਹੋਇਆ ਹੈ। ਅੰਡਜ ਜੇਰਜ ਸੇਤਜ ਉਤਪੁਜ, ਸਭ ਤੇਰੇ ਕੀਤੇ ਜਨਤਾ, ਏਕ ਪੁਰਬ ਮੈਂ ਤੇਰਾ ਦੇਖਿਆ, ਤੂੰ ਸਭਨਾ ਮਾਹਿਰਵੰਤਾ। ਸਤਸੰਗੀ ਜਨੋ, ਫਿਰ ਐਸੀ ਅਵਸਥਾ ਪ੍ਰਾਪਤ ਕਰਕੇ ਵੇਖੋ ਤਾਂ ਸਹੀ, ਜਿਉਂ ਤੁਧ ਪਾਵੇ ਤਿਉਂ ਰਾਖ ਰਜਾਏ। ਇਹ ਅਕਾਲ ਪੁਰਖ ਪ੍ਰਭੂ ਪਰਮਾਤਮਾ ਜੀ, ਜਿਵੇਂ ਵੀ ਹੋ ਸਕਦਾ ਸਾਨੂੰ ਆਪਣੀ ਰਜ਼ਾ ਦੇ ਵਿੱਚ ਰੱਖੋ, ਕਿਉਂਕਿ ਰਜ਼ਾ ਦੇ ਵਿੱਚ ਰਹਿਣ ਵਾਲੇ ਹੀ ਉਸ ਪਰਮਾਤਮਾ ਤੱਕ ਪਹੁੰਚਦੇ ਨੇ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਨਾਨਕ ਸਹਿਜ ਭਾਏ ਗੁਣ ਗਾਏ। ਇਸ ਢੰਗ ਦੇ ਨਾਲ ਸਹਿਜ ਭਾਏ, ਭਾਏ ਦਾ ਪਾਵ ਕੇ ਗਹਿਰੇ ਪ੍ਰੇਮ ਵਿੱਚ ਡੁੱਬ ਕੇ ਜਿਹੜੇ ਸਹਿਜੇ ਸਹਿਜੇ ਪ੍ਰਭੂ ਦਾ ਗੁਣ ਗਾਉਂਦੇ ਨੇ, ਉਹ ਸਹਿਜ ਦੀ ਅਵਸਥਾ ਤੱਕ ਪਹੁੰਚ ਜਾਂਦੇ ਨੇ, ਉਹਨਾਂ ਦੀ ਆਤਮਾ ਪਰਮਾਤਮਾ ਵਿੱਚ ਸਮਾ ਜਾਂਦੀ ਹੈ। ਸੋ ਧੰਨ ਹੈ ਧੰਨ ਗੁਰੂ ਨਾਨਕ ਪਾਤਸ਼ਾਹ, ਬੜੀ ਆਪ ਜੀ ਨੇ ਕਿਰਪਾ ਕੀਤੀ ਹੈ, ਸਤਿਗੁਰੂ ਨੇ ਤਾਂ ਕਿਰਪਾ ਕਰ ਦਿੱਤੀ ਹੈ, ਅੰਮ੍ਰਿਤ ਦਾ ਮੀਂਹ ਵਰਸਾ ਦਿੱਤਾ ਹੈ। ਪਰ ਸਤਸੰਗੀ ਜੀ ਨੂੰ ਅਸੀਂ ਕਿਤਨਾ ਕੁ ਮੰਨਦੇ ਹਾਂ, ਇਹ ਮਨੁੱਖ ਦੀ ਆਪਣੀ ਮੌਜ ਹੈ ਨਾ, ਸਤਿਗੁਰੂ ਦੀ ਗੱਲ ਨੂੰ ਮੰਨੇ ਨਾ ਮੰਨੇ।
ਸਤਿਗੁਰੂ ਪਾਤਸ਼ਾਹ ਕਿਸੇ ਕੋਲੋਂ ਧੱਕੇ ਨਾਲ ਨਹੀਂ ਮਨਾਉਂਦੇ, ਕਿਉਂਕਿ ਪ੍ਰੇਮ ਦਾ ਮਾਰਗ ਹੈ ਅਤੇ ਪ੍ਰੇਮ ਦੇ ਨਾਲ ਜਿਨ੍ਹਾਂ ਨੇ ਮੰਨ ਲਿਆ ਅਤੇ ਉਹੀ ਇਸ ਸਹਿਜ ਦੀ ਅਵਸਥਾ ਤੱਕ ਪਹੁੰਚਣਗੇ। ਸੋ ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਆਪ ਜੀ ਨੂੰ ਸਮਰੱਥਾ ਬਖਸ਼ੀ ਕਰਨ ਕਿ ਆਪਾਂ ਸਤਿਗੁਰੂ ਦੀ ਦਿਲ ਖੋਲ੍ਹ ਕੇ ਸੇਵਾ ਕਰੀਏ, ਪਿਆਰ ਦੇ ਨਾਲ ਸੇਵਾ ਕਰੀਏ ਅਤੇ ਪਿਆਰ ਦੇ ਨਾਲ ਸਤਿਗੁਰੂ ਦੇ ਇਸ ਗਿਆਨ ਨੂੰ ਆਪਣੇ ਹਿਰਦੇ ਵਿੱਚ ਵਸਾਈਏ ਤਾਂ ਕਿ ਸਾਡੇ ਜੀਵਨ ਦਾ ਜੋ ਮਕਸਦ ਹੈ ਉਹ ਪੂਰਾ ਹੋ ਸਕੇ। ਸੋ ਹੋਈਆਂ ਭੁੱਲਾਂ ਦੀ ਖਿਮਾ ਗੁਰੂ ਪਾਤਸ਼ਾਹ ਸਾਧ ਸੰਗਤ ਬਖਸ਼ਣ ਯੋਗ ਜ਼ਰੂਰ ਬਖਸ਼ ਲੈਣਾ। ਅਤੇ ਹਰ ਰੋਜ਼ ਦੀ ਤਰ੍ਹਾਂ ਦੱਸ ਦਈਏ ਬੇਨਤੀ ਹੈ ਕਿ ਜਿਹੜੇ ਇਸ ਸਮੇਂ ਦੀ ਸੇਵਾ ਕਰਨੀ ਚਾਹੁੰਦੇ ਨੇ, ਕੱਲ੍ਹ ਫਿਰ ਹੁਕਮਨਾਮਾ ਆਵੇਗਾ ਉਸ ਦੀ, ਜਿਨ੍ਹਾਂ ਨੇ ਵੀ ਸੇਵਾ ਕਰਨੀ ਹੈ ਰਿਸੈਪਸ਼ਨ 'ਤੇ ਜ਼ਰੂਰ ਟੈਲੀਫੋਨ ਕਰਕੇ ਉਹ ਸੇਵਾ ਆਪ ਪ੍ਰਾਪਤ ਕਰ ਸਕਦੇ ਹੋ। ਸਤਿਸੰਗੀ ਜਨੋ, ਇਹ ਜੋ ਲਾਸਟ ਵਿੱਚ ਇਹ ਬੇਨਤੀ ਕੀਤੀ ਜਾਂਦੀ ਹੈ ਕੁਝ ਕਰਨ ਵਾਸਤੇ, ਇਹ ਕਥਾ ਨਹੀਂ ਹੋ, ਇਹ ਬੇਨਤੀ ਹੈ ਕਿ ਸਤਿਸੰਗੀ ਜਨੋ ਇਸ ਰਸਤੇ ਫਿਰ ਆਪਾਂ ਤੁਰ ਪਈਏ, ਜਿਹੜੇ ਤੁਰ ਪੈਣਗੇ ਉਹ ਜ਼ਰੂਰ ਪਹੁੰਚ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।